ਜਸ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਮੈਂ ਜਗਤਾਰ ਸਿੰਘ ਜੱਗੀ ਹਾਜ਼ਰ ਹੈ ਜੀ ਅੱਜ ਦਾ ਖਾਸ ਪ੍ਰੋਗਰਾਮ ਲੈ ਕੇ ਖਾਸ ਪ੍ਰੋਗਰਾਮ ਕੀ ਬਲਕੇ ਬਹੁਤ ਹੀ ਖਾਸ ਪ੍ਰੋਗਰਾਮ ਹੈ ਕਿਉਂਕਿ ਅਸੀਂ ਕੋਸ਼ਿਸ਼ ਹੈ ਸਾਡੀ ਪੰਜਾਬੀਆਂ ਦੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਚੰਗਾ ਬੰਦਾ ਹੈਗਾ ਉਹਨਾਂ ਦਾ ਮਾਨ ਸਨਮਾਨ ਕਰਨਾ ਬਣਦਾ ਹੈ ਅੱਜ ਅਸੀਂ ਇੱਥੇ ਆਏ ਹਾਂ ਗਿਲਸਨ ਟਰਕਿੰਗ ਸਟਾਕਟਨ ਦੇ ਵਿੱਚ ਹਰ ਸਿਮਰਨ ਸੰਗਰਾਮ ਸਿੰਘ ਜੀ ਤੇ ਵਿਕਰਮ ਸਿੰਘ ਗਿਲ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਇੱਥੇ ਬਹੁਤ ਹੀ ਅਹਿਮ ਤੇ ਫੰਕਸ਼ਨ ਜਿਹੜਾ ਰੱਖਿਆ ਗਿਆ ਬੇਸ਼ੱਕ ਛੋਟਾ ਤੇ ਬਹੁਤ ਪ੍ਰਭਾਵਸ਼ਾਲੀ ਫੰਕਸ਼ਨ ਜਿਹੜਾ ਰੱਖਿਆ ਗਿਆ ਇਸ ਪ੍ਰੋਗਰਾ ਪਾਕਿਸਤਾਨ ਦੇ ਪੰਜਾਬ ਦੇ ਗਵਰਨਰ ਸਾਹਿਬ ਚੌਧਰੀ ਮੁਹੰਮਦ ਸਰਵਰ ਸਾਹਿਬ ਆ ਰਹੇ ਨੇ ਥੋੜੀ ਦੇਰ ਚ ਪਹੁੰਚਣ ਵਾਲੇ ਨੇ ਅਸੀਂ ਗੱਲ ਕਰਾਂਗੇ ਹਰਨ ਸਿਮਰਨ ਸੰਗਰਾਮ ਸਿੰਘ ਜੀ ਨਾਲ ਤੇ ਵਿਕਰਮ ਗਿੱਲ ਜੀ ਨਾਲ ਕਿ ਕੀ ਅੱਜ ਦਾ ਪ੍ਰੋਗਰਾਮ ਹੈਗਾ ਜੀ ਵਿਕਰਮ ਗਿੱਲ ਜੀ ਤੇ ਹਰ ਸਿਮਰਨ ਸੰਗਰਾਮ ਸਿੰਘ ਜੀ ਬਹੁਤ-ਬਹੁਤ ਤੁਹਾਡਾ ਪਹਿਲਾਂ ਤਾਂ ਮੈਂ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਵੱਲੋਂ ਧੰਨਵਾਦ ਕਰਦਾ ਕਿ ਤੁਸੀਂ ਇਹੋ ਜੇ ਫੰਕਸ਼ਨ ਉਲੀਕਦੇ ਨੇ ਬਹੁਤ ਘੱਟ ਲੋਕਾਂ ਦਾ ਧਿਆਨ ਇਸ ਪਾਸੇ ਜਾਂਦਾ ਤੇ ਵਿਕਰਮ ਜੀ ਕੀ ਹੈਗਾ ਅੱਜ ਦਾ ਪ੍ਰੋਗਰਾਮ ਇੱਥੇ ਜਿਹੜਾ ਆਪਾਂ ਕਰਨ ਜਾਣ ਜਾ ਰਹੇ ਅੱਜ ਲੈਦੇ ਪੰਜਾਬ ਪਾਕਿਸਤਾਨ ਪੰਜਾਬ ਦੇ ਗਵਰਨਰ ਆ ਰਹੇ ਨੇ ਉਹਨਾਂ ਨੂੰ ਸੱਦਣ ਦਾ ਇੱਥੇ ਮੌਕਾ ਬਣਿਆ ਸਾਨੂੰ ਤੇ ਤਾਂ ਕਰਕੇ ਹੀ ਸੱਦਣਾ ਚਾਹੁੰਦੇ ਹਾਂ ਵੀ ਜਿਹੜੇ ਉੱਥੇ ਸਿੱਖ ਵੱਸਦੇ ਆ ਜਾਂ ਇੱਥੇ ਸਿੱਖਿਆ ਉਹ ਉਹਨਾਂ ਦੇ ਨਾਲ ਨਾਲ ਅਸੀਂ ਇੱਥੇ ਬੈਠੇ ਆਪਣੇ ਜਿਹੜੇ ਪਾਕਿਸਤਾਨ ਦੇ ਵਿੱਚ ਸਿੱਖਿਆ ਉਹਨਾਂ ਨੂੰ ਵੀ ਦੇ ਨਾਲ ਸਬੰਧ ਸਾਡੇ ਵਧੀਆ ਹੋਣ ਉਹਨਾਂ ਨੂੰ ਵੀ ਲੱਗੇ ਸਾਡੀ ਕੋਈ ਗੱਲ ਕਰਦਾ ਜਿਹੜੇ ਸਾਡੇ ਇਥੋਂ ਅਫੀਸ਼ੀਅਲ ਜਾਂਦੇ ਆ ਉਹਨਾਂ ਦੀ ਟੇਕ ਕੇਅਰ ਹੁੰਦੀ ਆ ਤੇਈ ਆ ਕਿ ਜਿੱਥੇ ਵੀ ਕਿਤੇ ਆਪਣੀ ਕਮਿਊਨਿਟੀ ਦੇ ਲੋਕ ਆ ਜਿਸ ਤਰ੍ਹਾਂ ਦੀ ਵੀ ਉਹਨਾਂ ਦੀ ਹੈਲਪ ਹੋ ਸਕਦੀ ਚਾਹੇ ਇੰਡੀਆ ਆ ਪਾਕਿਸਤਾਨ ਆ ਹੋਰ ਕੰਟਰੀਜ਼ ਦੇ ਵਿੱਚ ਵੀ ਆ ਉਹਨਾਂ ਦੇ ਜਿਹੜੇ ਅਫੀਸ਼ੀਅਲ ਆ ਉਹਨਾਂ ਨਾਲ ਆਪਣੇ ਸਬੰਧ ਸਿਖਾਵੇ ਉਹਨਾਂ ਜੀ ਹਰ ਸਿਰਨਜੀ ਇਹਨਾਂ ਦੀ ਇਹੋ ਜਿਹੇ ਪ੍ਰੋਗਰਾਮ ਜਿਹੜੇ ਆਪਾਂ ਕਰਨ ਜਾ ਰਹੇ ਆ ਮੇਰੇ ਖਿਆਲ ਬਹੁਤ ਵੱਡਾ ਫਾਇਦਾ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਨੂੰ ਹੋਏਗਾ ਅਸੀਂ ਅਗਰ ਗੱਲ ਕਰੀਏ ਅੱਜ ਗਵਰਨਰ ਸਾਹਿਬ ਆ ਰਹੇ ਨੇ ਤੇ ਤੁਸੀਂ ਖਾਸ ਤੌਰ ਤੇ ਗੁਰੂ ਘਰਾਂ ਬਾਰੇ ਵੀ ਕੋਈ ਉਹਨਾਂ ਦਾ ਜ਼ਿਕਰ ਕਰੋਗੇ ਜੀ ਉੱਥੋਂ ਦੇ ਪਾਕਿਸਤਾਨ ਦੇ ਵਾਲੇ ਹਾਂਜੀ ਜਿਵੇਂ ਕਿ ਮੈਂ ਦੱਸਣਾ ਚਾਹੁੰਦਾ ਕਿ ਮੇਨ ਰੀਜ਼ਨ ਜਿਹੜਾ ਇਹਨਾਂ ਨੂੰ ਸੱਦਣ ਦਾ ਸੀ ਗਵਰਨਰ ਸਾਹਿਬ ਨੂੰ ਉਹ ਇਹ ਸੀ ਕਿ ਇਹਨਾਂ ਦੀ ਜਿਹੜੀ ਦੇਣ ਆ ਆਪਣੇ ਕੋਰੀਡੋਰ ਨੂੰ ਉਹ ਬੜੀ ਸਿਗਨੀਫੀਕੈਂਟ ਆ ਤੇ ਬੜਾ ਇਹਨਾਂ ਨੇ ਜਿਹੜਾ ਉਹਦੇ ਵਿੱਚ ਅਹਿਮ ਰੋਲ ਨਿਭਾਇਆ ਵਾ ਸੋ ਸਾਡੇ ਵੱਲੋਂ ਤੇ ਸਿਰਫ ਇੱਕ ਧੰਨਵਾਦ ਸਹਿਤ ਅਸੀਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਤੇ ਬਾਕੀ ਡੈਫੀਨੇਟਲੀ ਇੱਕ ਦੋ ਆਰਗੇਨਾਈਜੇਸ਼ਨਸ ਇੱਥੇ ਸੱਧੀਆਂ ਨੇ ਜਿਹੜੀ ਉੱਥੇ ਆਪਣੇ ਗੁਰਦੁਆਰਾ ਦੀ ਸਾਮ ਸੰਭਾਲ ਦਾ ਕੰਮ ਕਰਦੀਆਂ ਨੇ ਵੀ ਤਾਂ ਕਿ ਇਹਨਾਂ ਦੇ ਆਪਸ ਵਿੱਚ ਜਿਹੜੇ ਤਾਲੁਕਾ ਤੇ ਬਨ ਸੈਕੰਡ ਜਦੋਂ ਕਿਤੇ ਇੱਥੋਂ ਆਪਣੇ ਬੰਦੇ ਉੱ ਉਹ ਸਿਖਾਲਾ ਕੀਤਾ ਜਾ ਸਕੇ ਆਫੀ ਸ਼ਾਰਟ ਨੋਟਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਪਤਵੰਤੇ ਸੱਜਣ ਆ ਫ੍ਰੀ ਮਾਉਂਟ ਤੋਂ ਮੈਂਟੀਕਾ ਤੋਂ ਬਾਬਾ ਜੀ ਸਰਵਣ ਹੋਣੀ ਆ ਸਾਰੀ ਜਿੰਨੀ ਵੀ ਫ੍ਰੀ ਮਾਉਂਟ ਦੀ ਕਮੇਟੀ ਆ ਉਹਦੇ ਜਿਹੜੇ ਜਿਹੜੇ ਬਹੁਤ ਸਾਡੇ ਰਿਸਪੈਕਟਬਲ ਸਖੀਕਾਂ ਪਹੁੰਚੀਆਂ ਨੇ ਹਾਲਾਂਕਿ ਟ੍ਰੈਫਿਕ ਹੁੰਦਾ ਸਾਡੇ ਬਜ਼ੁਰਗ ਪਹੁੰਚੇ ਨੇ ਇੱਥੇ ਅੰਕਲ ਸ਼ਵੇਕ ਸਿੰਘ ਹੋਣੀ ਜਿੰਨੇ ਵੀ ਆਏ ਨੇ ਜਸਪਾ ਜੀ ਮੈਂ ਕਿਹੜਾ ਕਿਹੜਾ ਨਾਮ ਗੈਰੀ ਮੱਲੀ ਸਾਫ ਹੋਰ ਮੋਸ਼ਨ ਖਾਨ ਨੇ ਸਾਡੇ ਜਿਹਨਾਂ ਨੇ ਸਭ ਦਾ ਸ਼ੁਰੂ ਪਾਕਿਸਤਾਨ ਦਾ ਜਿਹੜਾ ਪਿਆਰ ਆ ਉਹ ਇਹਨਾਂ ਨੇ ਹੌਲੀ ਹੌਲੀ ਬਿਲਡ ਕਰਨਾ ਸ਼ੁਰੂ ਕੀਤਾ ਕਿ ਨਹੀਂ ਉੱਥੇ ਬਹੁਤ ਜ਼ਿਆਦਾ ਵਧੀਆ ਤੇ ਮਿਲਦੇ ਮਿਲਦੇ ਜਿਹੜੇ ਰਿਲੇਸ਼ਨ ਆ ਉਹ ਬੈਟਰ ਹੁੰਦੇ ਗਏ ਮੇਰੇ ਭਾਜੀ ਮੰਨਾ ਭਾਜੀ ਲੱਕੀ ਭਾਈ ਸਾਰੇ ਆਣੇ ਆ ਕਿਹੜਾ ਕਿਹੜਾ ਜਿਹੜਾ ਨਾਂ ਨਾਂ ਲਿਆ ਗਿਆ ਸਮਝੋ ਮੈਂ ਇਹ ਨਹੀਂ ਕਿ ਕੋਈ ਜ਼ਿਆਦਾ ਵਾ ਤੁਸੀਂ ਸਾਰੇ ਅਜ਼ੀਜ਼ ਹੋ ਮੈਨੂੰ ਸੰਦੀਪ ਸਿੰਘ ਜੈਂਟੀ ਬੈਠੇ ਮੇਰੇ ਭਰਾ ਸੋ ਮੈਂ ਸਭ ਤੋਂ ਪਹਿਲਾਂ ਕਹਿਣਾ ਚਾਹੁੰਦਾ ਕਿ ਅਸੀਂ 2 ਕੁ ਵੀਕ ਪਹਿਲਾਂ 3 ਵੀਕ ਪਹਿਲਾਂ ਮੈਂ ਤੇ ਵਿਕਰਮ ਹੁੜੀ ਅਸੀਂ ਸਾਨੂੰ ਜਾਣ ਦਾ ਮੌਕਾ ਮਿਲਿਆ ਐਲ ਏ ਤੇ ਉਥੇ ਕਾਉਂਸਲਰ ਜਨਰਲ ਨੂੰ ਮਿਲਣ ਦਾ ਮੌਕਾ ਮਿਲਿਆ ਮਤਲਬ ਆਪਨੇ ਇਹਨਾਂ ਲੋਕਾਂ ਨੂੰ ਵੀ ਮਿਲੇ ਸੀਗੇ ਸਾਡੇ ਵਾਲੇ ਪਾਸੇ ਵਾਲਿਆਂ ਨੂੰ ਵੀ ਕਾਉਂਸਲਰ ਜਨਰਲ ਤੇ ਉਹਨਾਂ ਨੂੰ ਇਹਨਾਂ ਫਤੂਰ ਸੀ ਮਤਲਬ ਉਸ ਚੀਜ਼ ਦਾ ਖਿਆਸ ਕਰਕੇ ਜਿਹੜੇ ਉਥੇ ਲੋਕ ਜਾਂਦੇ ਰਹਿੰਦੇ ਉਹਨਾਂ ਨੂੰ ਤੇ ਪਤਾ ਵੀ ਉਹਨਾਂ ਦਾ ਰਵਈਆ ਕਿਵੇਂ ਦਾ ਵਾ ਬਟ ਵੇਖ ਕੇ ਇੰਨਾ ਵਧੀਆ ਲੱਗਾ ਕਿ ਅੱਜ ਇਦਾਂ ਦੇ ਬੰਦੇ ਆ ਤੇ ਫੇਰ ਵਕਈ ਤੁਸੀਂ ਜਿਹੜਾ ਇੱਕ ਕੰਟਰੀ ਦੀ ਰਿਪਰੈਜ਼ੈਂਟੇਸ਼ਨ ਆਊਟਸਾਈਡ ਪਾਕਿਸਤਾਨ ਚਾਹੇ ਆਊਟਸਾਈਡ ਇੰਡੀਆ ਤੇ ਇਹ ਲੋਕ ਨੇ ਜਿਹੜੇ ਤੁਹਾਨੂੰ ਰਾਹ ਵਿਖਾਉਣਾ ਜਿਨ੍ਹਾਂ ਨੇ ਤੁਹਾਨੂੰ ਦੱਸਣਾ ਕਿ ਸਾਡੀ ਜਿਹੜੀ ਦੇਸ਼ ਆ ਉਹ ਤੁਹਾਨੂੰ ਇਦਾਂ ਸਮਝਦਾ ਚਾਹੇ ਤਾਂ ਡੀਨੀ ਰਿਸਪੈਕਟ ਕਰਦਾ ਚਾਹੇ ਤੁਹਾਨੂੰ ਚਾਹੁੰਦਾ ਕਿ ਤੁਸੀਂ ਉੱਥੇ ਵਿਜ਼ਿਟ ਕਰੋ ਸੋ ਬੜਾ ਵਧੀਆ ਲੱਗਿਆ ਮੈਨੂੰ ਆਪਣੇ ਕੌਂਸਲਰ ਜਨਰਲ ਇਹ ਜੇ ਮਹਿਮਨ ਸਾਹਿਬ ਨਾਲ ਮਿਲ ਕੇ ਸੋ ਮੈਂ ਚਾਹੁੰਦਾ ਕਿ ਪਲੀਜ਼ ਤੁਸੀਂ 2 ਮਿੰਟ ਆ ਕੇ ਆਪਣਾ ਪਿਆਰ ਜਿਹੜਾ ਵਾ ਉਹ ਵੰਡੋ ਥੈਂਕ ਯੂ ਸਿੱਖ ਪ स्टूडेंट्स के लिए वीजा का मसला आप सब देख पा गुड हल हो गया है और उसमें अभी कोई हज करा आप नहीं है तो, तो मैं इस फोरम पे आ, मैं बहुत ही कम टाइम लूँगा मैं आपको बताना चाहता हूँ कि लॉस एंजल्स काउंसलिंग ने आज तक आज के दिन तक कोई भी किसी भी सिख का वीजा रिफ्यूज नहीं किया है और अगर किसी ने और अगर किसी ने बताया भी है तो एब्सोलूटली अटेंशन फॉर्मेशन

ऑनलाइन वीजा अप्लाई करें और आपको 24 आवर्स में मैं इंशाल्लाह अप्रूवलेशन देंगे वीजा इशू कर देंगे <प्राथ> नंबर दो तो। नंबर तीन ये है कि किसी भी से भाई का जो अमेरिकन पासपोर्ट होल्डर्स हैं उन पे अब सिंगल एंट्री डबल एंट्री ट्रिपल एंट्री का कोई इशू नहीं है दे कैन एस्टीमेट अप्लाई फॉर 5 इयर्स मल्टीपल वीजा और हम इनको 5 साल मल्टीपल वीजा इशू करेंगे ਥੈਂਕ ਯੂ ਅਦੀ ਮਹਿਮਨ ਸਾਹਿਬ ਦਾ ਸੋ ਡੈਫੀਨਿਟਲੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੇ ਵੀ ਕਾਉਂਸਲਰ ਜਰਨਲ ਨੇ ਇਹਨਾਂ ਤੋਂ ਪਹਿਲਾਂ ਵੀ ਆਏ ਹੋਣਗੇ ਇਹਨਾਂ ਤੋਂ ਬਾਅਦ ਚੋਂ ਵੀ ਆਉਣੇ ਆ ਬਟ ਕਿੰਨੇ ਕ ਬੰਦੇ ਆਪਣਾ ਜਿਹੜਾ ਸੈੱਲਫੋਨ ਆ ਉਹ ਵੈਬਸਾਈਟ ਤੇ ਪਾਉਂਦੇ ਆ ਉਹ ਵੀ ਨੇਸ਼ਨ ਦੀ ਵੈਬਸਾਈਟ ਤੇ ਸੋ ਇੱਕ ਵਾਰ ਜ਼ਰੂਰ ਤਾੜੀਆਂ ਦੇ ਹੱਕਦਾਰ ਨੇ ਕਿ ਬੰਦੇ ਹੈਲਪ ਕਰਨਾ ਚਾਹੁੰਦੇ ਆ ਸੋ ਥੈਂਕ ਯੂ ਸੋ ਮੱਚ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹੁੰਨਾ ਹਾਲਾਂਕਿ ਇਸ ਬਾਰੇ ਕੋਈ ਗੱਲ ਨਹੀਂ ਸੀਗੀ ਬਟ ਮੈਨੂੰ ਐ ਲੱਗਦਾ ਕਿ ਸਾਨੂੰ ਜ਼ਰੂਰ ਦੱਸਣਾ ਚਾਹੀਦਾ ਸੋ گورਨਰ ਸਾਹਿਬ ਹੁਣਾਂ ਦੀ ਇੱਕ ਸਾਈਡ ਦੇ ਉੱਤੇ ਇੱਕ ਫਾਊਂਡੇਸ਼ਨ ਆ ਸਰਵਰ ਫਾਊਂਡੇਸ਼ਨ ਮੈਂ ਬਹੁਤਾ ਕੁਝ ਆਪਣੇ ਕੋਲੋਂ ਨਹੀਂ ਦੱਸਣਾ ਚਾਹੁੰਦਾ ਬਟ ਮੈਨੂੰ ਥੋੜਾ ਜਿਹਾ ਚੀਮਾ ਸਾਹਿਬ ਨੇ ਦੱਸਿਆ ਸੀਗਾ ਕਿ ਮਿਸੀ ਸਰਵਰ ਨੇ ਬਹੁਤ ਵਧੀਆ ਐਕਸਪਲੇਨ ਕੀਤਾ ਸੀਗਾ ਉਸ ਬਾਰੇ ਸੋ ਜੇ ਤੁਸੀਂ ਮਾਈਂਡਿੰਗ ਕਰਦੇ 2 ਮਿੰਟ ਵਾਸਤੇ ਜਿਹੜੀ ਫਾਊਂਡੇਸ਼ਨ ਦਾ ਤੁਸੀਂ ਕੰਮ ਕਰ ਰਹੇ ਹੋ ਪਲੀਜ਼ ਮਤਲਬ ਸਾਨੂੰ ਵਧੀਆ ਲੱਗੂਗਾ ਸੁਣ ਕੇ ਸੋ ਪਾਵਰ ਕਪਲ ਨੇ ਇਦਾਂ ਨਹੀਂ ਕਿ ਇੱਕ ਦੂਸਰੇ ਜਿਹੜੀ ਹਰ ਇੱਕ ਦੀ ਜ਼ਿੰਮੇਵਾਰੀ ਆਪੋ ਆਪਣੇ ਨੇ ਸਾਂਭੀ ਆ ਸੋ ਮੈਂ ਇਹ ਬੜੀ ਇੱਕ ਇਮੋਸ਼ਨਲ ਜਿਹੜੀ ਸਪੀਚ ਸੀਗੀ ਇਹਨਾਂ ਦੀ ਉੱਥੇ ਦਿੱਤੀ ਸੋ ਮੈਂ ਚਾਹੁੰਨਾ ਕਿ ਜਰੂਰ ਸਾਡੇ ਸਨਮੁਖ ਹੋਣ ਮਿਸ ਸਰਵਰ ਥੈਂਕ ਯੂ ਐਮ ਗੁੱਡ ਆਫਟਰਨੂਨ ਐਵਰੀਬਾਡੀ ਐਮ ਸੱਚ ਅ ਵਾਰਮ ਵੈਲਕਮ ਐਂਡ ਇਟਸ ਆਲਵੇਸ ਅਨ ਆਨਰ ਟੂ ਮੀਟ ਦ ਸੀਕ ਕਮਿਊਨਿਟੀ ਐਮ ਇਨ ਗਲਾਸਕੋ ਵੀ ਹੈਵ ਦ ਬਿਗੇਸਟ ਗੁਰਦੁਆਰਾ ਇਨ ਸਰਵਰਸਾਬਸ ਐਰੀਆ एंड आई रिमेंबर वन वी वर कैम्पेनिंग तो मैंने जो हमारे सिख भाई जब वो वोट डालने आए तो उनको मैंने कहा वीर जी ती सरवर साहब नोट देना उन्होंने अगो किया भैन जी तुम्हें कहता तो हम सरवर साहब नोट डालेंगे एंड <laughs> जब आप लोग आए थे उधर uh, पाकिस्तान तो फर्स्ट थिंग बी डेड इन ननखाना साहब आई इंस्टॉल द वाटर फिल्ट्रेशन प्लान इन ननखाना साहब because i found out that the water was contaminated and also the holy water was contaminated so we made sure we cleaned it and we put a railing around it and i think it's good to work together in harmony because when i'm working in any area i don't see a child to be a sikh child or a christian or a muslim i think that everyone is a human life and every life is worth saving so that's why you know i'd like to work with all different communities one of the projects that I'm very proud to be doing is the Hunarga program, and that's women empowerment. Because I feel that in Pakistan, many of our sisters lack the opportunity to do what they want to do with their lives, to earn. And there are still many families who live on one meal a day. There are still many families whose children don't go to school. There are still those families who work as a daily wager. And that means that the man of the household sometimes only gets paid every 10 days if he has to go on a daily wage. So, helping the sisters to learn a skill and to earn and to live with respect, I think it's very important for any humanity, for any, whether it's Sikh, Muslim, or any other uh, people living there. I'm lucky to say that since I've taken over the organization from the governor, I have not had to you know, campaign to fundraise. I got somebody who contacted me on Facebook and wanted to donate a piece of land. And for a minute I thought, you know this, this isn't true. it can't be possible. Then when we came to the USA, I met the gentleman and in that um, area, four acres of land he's donated. We we're going to make a boys school, a girls' school. A maternity hospital and a diabetes center in that area. Then we met another gentleman, and he is also going to give us a piece of land and he's going to fund a hospital which is going to be an eye hospital. And the governor has agreed that he will pay half the funding. So, this is the work that we're doing in Pakistan, and we can't do it on our own. It's always the generosity of our volunteers and our donors that help us deliver the work that we are doing and i cannot take the credit for the work that is being done in pakistan because i have huge amount of volunteers in every area when they come to me and i speak to them and i say to them that we need to work we can work in any area but we need a team and within days they get a team together this is how we can work in collaboration and unity to help things improve. And I look forward to having better borders with India. Seversab and I visited India many years ago, and the warmth and the love that we received from there, I look forward to going back to India and perhaps introducing one of the programs that we are doing in Pakistan in India. That would be wonderful. I would like to see to do that. Thank you so much. Thank you. ਬਰਮ ਸਤਿਕਾਰਯੋਗ ਸਾਡੇ ਬਹੁਤ ਹੀ ਰਿਸਪੈਕਟਡ ਪਰਸਨ ਚੀਫ ਗੈਸਟ محمد چوہدری سروار صاحب سب ਤੋਂ ਪਹਿਲਾਂ ਤੇ ਬਹੁਤ ਬਹੁਤ ਜੀ ਆਇਆਂ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਪਵਿੱਤਰ ਧਰਤੀ ਮਿੱਠੀ ਧਰਤੀ ਸੋਹਣੀ ਧਰਤੀ ਸਾਡੇ ਉਸ ਪੰਜਾਬ ਦੀ ਧਰਤੀ ਜਿਸ ਦੇ ਵਿੱਚ ਸਾਡਾ ਖੂਨ ਵਸਦਾ ਹੈ ਜਿਹੜੀ ਸਾਡੀ ਅਸਲੀ ਵਿਰਾਸਤ ਹੈ ਪੰਜਾਬ ਲਹਿੰਦੇਵਾਲੀ ਧਰਤੀ ਜਿਸ ਨੂੰ ਅਸੀਂ ਦੇਖਣ ਲਈ ਹਮੇਸ਼ਾ ਹਰ ਪਲ ਤਰਸਦੇ ਹਾਂ ਇਹ ਸਾਡੇ ਮੁੱਖ ਮਹਿਮਾਨ ਉਥੋਂ ਆਏ ਨੇ ਜਿੱਥੇ ਮੈਂ ਜੀ ਆਇਆਂ ਕਹਿੰਨਾ ਉਥੇ ਮੈਂ ਪੰਜਾਬੀ ਗੁਰਸਿੱਖੀ ਵਾਲੀ ਫਤਿਹ ਵੀ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਚੰਗਾ ਲੱਗਾ ਕਿੰਨਾ ਸੋਹਣਾ ਲੱਗਾ ਕਈ ਵਾਰੀ ਐਕਸਪਲੇਨੇਸ਼ਨ ਦੂਰ ਹੁੰਦੀ ਹੈ ਦੱਸ ਨਹੀਂ ਹੁੰਦੀ ਜਿਸ ਚੀਜ਼ ਨੂੰ ਅਸੀਂ ਇਸ ਤਰ੍ਹਾਂ ਕਹਿ ਲਿਆ ਸਾਡੇ ਪਿਤਾ ਤਰਸਦੇ ਰਹਾ ਸਾਡੇ ਬਾਬੇ ਤਰਸਦੇ ਰਹਾ ਉਹ ਚੀਜ਼ ਦੀ ਸਾਨੂੰ ਪ੍ਰਾਪਤੀ ਇਮਰਾਨ ਖਾਨ ਸਾਹਿਬ ਔਰ ਸਾਡੇ ਮੁਹੰਮਦ ਚੌਧਰੀ ਸਰਵਾਰ ਸਾਹਿਬ ਜੀ ਕਰਕੇ ਪ੍ਰਾਪਤ ਹੋਈ ਹੈ ਜਿਸ ਨੂੰ ਅਸੀਂ ਕਰਤਾਰਪੁਰ ਦਾ ਲਾਂਗਾ ਕਹਿੰਦੇ ਹਾਂ ਇਸ ਤੋਂ ਇੱਕ ਹੋਰ ਬਹੁਤ ਵੱਡੀ ਖੁਸ਼ੀ ਹੋਈ ਜਿਹੜੀ ਖਾਨ ਸਾਹਿਬ ਕਲਚਰਲ ਚੀਜ਼ ਐ ਤੁਹਾਡੇ ਮਿਸਿਸ ਸਰਵਾਰ ਸਾਹਿਬ origignal ਕਲਚਰਲ ਡਰੈਸ ਦੇ ਵਿੱਚ ਨੇ ਜਿਹੜੀ ਕਿ ਸਭ ਤੋਂ ਵੱਡੀ ਪੰਜਾਬੀਅਤ ਦੀ ਪਹਿਚਾਣ ਐ ਦੇਖ ਕੇ ਬਹੁਤ ਜ਼ਿਆਦਾ ਚੰਗਾ ਲੱਗਾ ਜਿਹੜਾ ਕਿ ਬਿਆਨ ਕਰਨ ਤੋਂ ਬਾਹਰ ਆ ਹੈ ਤੁਸੀਂ ਸਾਰਾ ਭਾਈਚਾਰਾ ਬੈਠੇ ਹੋ ਪਾਕਿਸਤਾਨ ਕੌਂਸਲਰ ਜੀ ਨੇ ਬਹੁਤ ਹੀ ਸੋਹਣੇ ਸੁੰਦਰ ਸ਼ਬਦਾਂ ਦੇ ਵਿੱਚ ਐਕਸਪਲੇਨੇਸ਼ਨ ਦਿੱਤੀ ਹੈ ਵੀਜ਼ੇ ਦੀ ਖੁੱਲੇਪਨ ਦੀ ਵੈਰੀ ਬਰਾਡ ਮਾਈਂਡਡ ਦੱਸਿਆ ਕਿ ਤੁਸੀਂ ਵੀਜ਼ਾ ਲੈਣਾ ਹੋਵੇ ਤੇ ਤੁਹਾਨੂੰ ਕਿਸੇ ਨੂੰ ਏਜੰਟ ਨੂੰ ਕਹਿਣ ਦੀ ਲੋੜ ਨਹੀਂ ਵੈਬਸਾਈਟ ਤੇ ਜਾਓ ਵੀਜ਼ਾ ਅਪਲਾਈ ਕਰੋ ਤੇ ਕਦੇ ਰਿਫਿਊਜ਼ ਨਹੀਂ ਸਿੱਖਾਂ ਦਾ ਵੀਜ਼ਾ ਹੋਇਆ ਤੇ ਇਸ ਕਰਕੇ ਅਸੀਂ ਬਹੁਤ ਖੁਸ਼ ਹਾਂ ਬਹੁਤ ਜਿਆਦਾ ਖੁਸ਼ ਹਾਂ ਮੇਰਾ ਵੀਰ ਸਿਮਰਨ ਸਾਹਿਬ ਜਾਂ ਇਹਨਾਂ ਦੇ 파ਟਨਰ ਵਿਕਰਮ ਸਿੰਘ ਵਿਕਰਮ ਸਿੰਘ ਜੀ ਦੇ ਪਿਤਾ ਜੀ ਵੀ ਬੈਠੇ ਨੇ ਹੋਰ ਬਹੁਤ ਸਾਰਾ ਭਾਈਚਾਰਾ ਸਾਰਾ ਇੱਥੇ ਬੈਠਾ ਹੈ ਬਹੁਤ ਬਹੁਤ ਇਹਨਾਂ ਦੇ ਉਦਮ ਦੇ ਨਾਲ ਪਹਿਲੀ ਵਾਰੀ ਅੱਜ ਸਾਨੂੰ ਤੁਹਾਡੇ ਦਰਸ਼ਨ ਹੋਏ ਨੇ ਜਿਹੜੀਆਂ ਗੱਲਾਂ ਅਸੀਂ ਕਦੇ ਅਖਬਾਰਾਂ ਵਿੱਚ ਟੀਵੀ ਦੇ ਵਿੱਚ ਦੇਖਦੇ ਸੀ ਜਦੋਂ ਉਹ ਲਾਂਘਾ ਖੁੱਲਿਆ ਉੱਥੇ ਏਡਾ ਵੱਡਾ ਇਕੱਠ ਸੀ ਉਹਦੇ ਵਿੱਚ ਦੇਖਦੇ ਸੀ ਕਦੇ ਉਮੀਦ ਨਹੀਂ ਸੀ ਅਸੀਂ ਕੀਤੀ ਬਿਸਾਨੂ ਰੂਬਰੂ ਉਹਨਾਂ ਸ਼ਖਸੀਤਾਂ ਦੇ ਦਰਸ਼ਨ ਹੋਣਗੇ ਜਿਨ੍ਹਾਂ ਨੇ ਇੱਕ ਹਿਸਟੋਰੀਕਲ ਚੀਜ਼ ਬਣਾਈ ਹੈ ਦੋਨਾਂ ਪੰਜਾਬਾਂ ਦੀ ਸਾਂਝ ਪਾਈ ਹੈ ਲਾਂਘਾ ਖੋਲਿਆ ਹੈ ਇਹ ਇੱਕ ਛੋਟੀ ਗੱਲ ਨਹੀਂ ਹੈ ਜਿਹੜੀਆਂ ਚੀਜ਼ਾਂ ਦੀ ਇੱਕ ਨਫ਼ਰਤ ਪੈਦਾ ਹੋਈ ਸੀ ਪੋਲੀਟੀਕਲ ਲੋਕਾਂ ਨੇ ਨਫ਼ਰਤ ਪੈਦਾ ਕੀਤੀ ਸੀ ਕਿ ਪਾਕਿਸਤਾਨ ਦੇ ਲੋਕ ਇਸ ਤਰ੍ਹਾਂ ਨੇ ਹੋ ਸਕਦਾ ਪਾਕਿਸਤਾਨ ਵਾਲੇ ਨੂੰ ਵੀ ਕਿਸੇ ਨੇ ਕਿਹਾ ਹੋਵੇ ਬਈ ਚੜ੍ਹਦੇ ਪੰਜਾਬ ਦੇ ਲੋਕ ਇਸ ਤਰ੍ਹਾਂ ਦੇ ਨੇ ਪਰ ਉਹ ਏਡੀ ਵੱਡੀ ਸਾਂਝ ਇੱਡਾ ਵੱਡਾ ਪਿਆਰ ਇੱਡੀ ਵੱਡੀ ਗੱਲ ਵਕੜੀ ਇਹਨਾਂ ਲੋਕਾਂ ਨੇ ਦੋਨਾਂ ਪੰਜਾਬੀ ਭਾਈਚਾਰਿਆਂ ਦੀ ਪੁਵਾਈ ਹੈ ਜਿਹੜਾ ਕਿ ਕਹਿਣ ਤੋਂ ਬਾਹਰ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਅਰਦਾਸ ਵੀ ਕਰਦਾ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਪੌਲ ਚੌਕ ਲਿਖੇ ਮੈਂ ਇੱਕ ਵਾਰੀ ਫਿਰ ਬਹੁਤ ਬਹੁਤ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਮਾੜੇ ਸਮੇਂ ਦੀ ਮਾੜੀ ਰਾਜਨੀਤੀ ਦੀ ਭੇਟ ਚੜੇ ਹੋਏ ਵੀਰੋ ਆਪਾਂ ਸਾਰੇ ਇਕੱਠੇ ਹੋਏ ਆਂ ਬੜੀਆਂ ਨਵੀਆਂ ਤੇ ਚੰਗੀਆਂ ਗੱਲਾਂ ਨੇ ਜਿਹੜੀਆਂ ਸੁਣਨ ਨੂੰ ਮਿਲੀਆਂ ਨੇ ਸੋ ਧੰਨਵਾਦ ਆ ਗਵਰਨਰ ਸਾਹਿਬ ਚੌਧਰੀ ਸਰਵਰ ਉਹਨਾਂ ਦਾ ਸਰਵਰ ਜੀ ਦਾ ਤੇ ਕੌਂਸਲਰ ਜਨਰਲ ਹੋਰ ਵੀਰ ਪਤਵੰਤੇ ਸੱਜਣ ਜੋ ਇਹਨਾਂ ਦੇ ਨਾਲ ਸਾਰੇ ਨਾਲ ਆਏ ਨੇ ਤੇ ਬੜੀ ਚੰਗੀ ਗੱਲ ਆ ਹਰਸਿਮਰਨ ਸਿੰਘ ਨੇ ਤੇ ਆਰ ਵਿਕਰਮ ਸਿੰਘ ਉਹਨਾਂ ਨੇ ਇਹ ਉਦਮ ਕੀਤਾ ਆਪਾਂ ਸਾਰਿਆਂ ਨੂੰ ਇਹਨਾਂ ਦੇ ਰੂਬਰੂ ਕੀਤਾ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਲਫ਼ਜ਼ ਨਹੀਂ ਦੇ ਸਕਦੇ ਹੁੰਦੇ ਹੈਗੇ ਕੁਝ ਘਟਨਾਵਾਂ ਨੂੰ ਕੁਝ ਤੁਹਾਡੇ ਕਾਲਜੇ ਦੇ ਵਿੱਚ ਕੋਈ ਖਿਆਲ ਹੁੰਦੇ ਨੇ ਕੋਈ ਹਾ ਭਾਵ ਹੁੰਦੇ ਨੇ ਜਿਨ੍ਹਾਂ ਨੂੰ ਤੁਹਾਨੂੰ ਬਿਆਨ ਕਰਦਿਆਂ ਨੂੰ ਵੀ ਲਫ਼ਜ਼ਾਂ ਦੀ ਘਾਟ ਫੀਲ ਹੁੰਦੀ ਆ ਲੈnde ਪੰਜਾਬ ਤੇ ਚੜਦੇ ਪੰਜਾਬ ਦਾ ਜਿਹੜਾ ਰਿਸ਼ਤਾ ਵਾ ਇਹ ਆਪਸੀ ਇੱਕ ਪੰਜਾਬ ਦਾ ਵੈਕਚੁਅਲੀ ਇੱਕ ਪੰਜਾਬ ਦੇ ਦੋ ਪੰਜਾਬ ਹੋਏ ਨੇ ਜਦੋਂ 47 ਵੇਰੇ ਇੱਕ ਵੱਡਾ ਆ ਪੋਲੀਟੀਕਲ ਜਿਵੇਂ ਸਮਝੋ ਵੀ ਇੱਕ ਬਹੁਤ ਵੱਡਾ ਮੋੜ ਆਇਆ ਸਾਊਥ ਏਸ਼ੀਆ ਦੀ ਧਰਤੀ ਦੇ ਵਿੱਚ ਕਿਤੇ ਅੱਜ ਵਰਗਾ ਸਮਾਂ ਹੁੰਦਾ ਸਾਡੇ ਕੋਲ ਇੰਨੇ ਰਿਸੋਰਸਸ ਇੰਨੀਆਂ ਸਾਂਝਾਂ ਸਾਡੀਆਂ ਇਕੱਠੀਆਂ ਹੋਈਆਂ ਹੁੰਦੀਆਂ ਸਾਡੇ ਕੋਲ ਅਸਲ ਜਾਣਕਾਰੀ ਹੁੰਦੀ ਇੱਕ ਦੂਜੇ ਪ੍ਰਤੀ ਸਾਡੇ ਰਿਸ਼ਤਿਆਂ ਪ੍ਰਤੀ ਤਾਂ ਮੈਂ ਇਹ ਗੱਲ ਦਾ ਅਸ਼ੰਕੇ ਨਾ ਇਹ ਗੱਲ ਕਹਿ ਸਕਦਾ ਮਾਂ ਵੀ ਜਿਹੜੀ ਲਾਈਨ ਲਾਹੌਰ ਤੇ ਆਰ ਪਾਕਿਸਤਾਨ ਲਾਹੌਰ ਤੇ ਆਰ ਅੰਮ੍ਰਿਤਸਰ ਦੇ ਵਿਚਾਲੇ ਖਿੱਚੀ ਗਈ ਆ ਸ਼ਾਇਦ ਇਹ ਜਮਨਾ ਤੋਂ ਪਾਰ ਖਿੱਚੀ ਜਾਂਦੀ 47 ਵੇਲੇ ਸਾਡੀ ਜਿਹੜੀ ਸਾਂਝ ਆ ਇਹ ਸਾਨੂੰ ਕਿਸ ਨਾ ਕਿਸੇ ਤਰੀਕੇ ਹੁਣ ਵੀ ਅਹਿਸਾਸ ਕਰਾ ਰਹੀ ਆ ਇਸ ਸਦੀ ਦੇ ਵਿੱਚ ਇਸ ਸੈਂਚਰੀ ਦੇ ਵਿੱਚ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਦਾ ਵਾ ਇਹ ਇੱਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੱਕ ਦੇ ਲਾਂਘੇ ਤੱਕ ਗੱਲ ਸੀਮਤ ਨਹੀਂ ਰਹੀ ਇਹਨੇ ਬੜੀਆਂ ਵੱਡੀਆਂ ਪਰਤਾਂ ਖੋਲੀਆਂ ਸਾਡੇ ਜਜ਼ਬਾਤਾਂ ਦੀਆਂ ਸਾਡੇ emotions ਦੀਆਂ ਸਾਡੇ ਇੱਕ ਦੂਜੇ ਪ੍ਰਤੀ ਜਿਹੜੀ ਇੱਕ ਨਫ਼ਰਤ ਬਿਨਾਂ ਵਜ੍ਹਾ ਤੋਂ ਪੈਦਾ ਕੀਤੀ ਜਾਂਦੀ ਸੀਗੀ ਇੱਕ ਵਿਸ਼ੇਸ਼ ਧਿਰ ਵੱਲੋਂ ਜੇ ਕਿਤੇ ਆਪਸ ਦੇ ਵਿੱਚ ਕੋਈ ਤਰਕਾਰ ਕੋਈ ਮਾੜੀ ਮੋਟੀ ਇਨਫਲੂਐਂਸ ਬਾਰਡਰ ਤੇ ਹੁੰਦੀ ਆ ਤਾਂ ਉੱਥੇ ਜਾਣ ਬੁੱਝ ਕੇ ਸਾਡੇ ਸਿੱਖ ਭਰਾ ਸਿੱਖ ਝੰਡੇ ਦਿਖਾਏ ਜਾਣ ਆਪਸ ਵਿੱਚ ਨੰਬਰ ਤੋਂ ਵੱਧ ਹੀ ਰਹੇ ਪਰ ਉਸ ਸਾਡੇ ਪਾਦਸ਼ਾਹ ਗੁਰੂ ਨਾਨਕ ਸੱਚੇ ਪਾਸ਼ਾ ਨੇ ਇੱਕ ਇਹੋ ਜਿਹਾ ਰੋਹਾਨੀ ਹਵਾ ਦਾ ਬੁੱਲਾ ਘੱਲਿਆ ਇਹੋ ਜਿਹਾ ਕਰਤਾਰਪੁਰ ਦੇ ਲਾਂਘੇ ਵਾਲਾ ਬੁੱਲਾ ਇਹੋ ਜਿਹਾ ਮਿੱਠੀ ਹਵਾ ਵਗੀ ਕਿ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਦੇ ਸਾਹਮਣੇ ਪਾਉਣੀਆਂ ਹੋਗੀਆਂ ਜੋ ਵੀ ਹੁਣ ਤੱਕ ਇਹੋ ਜੀਆਂ ਨਾਵਾਚੀ ਗੱਲਾਂ ਇੱਕ ਦੂਜੇ ਪ੍ਰਤੀ ਹਿਸਟੋਰਿਕ ਲੈਵਲ ਦੇ ਉੱਤੇ ਦੱਸੀਆਂ ਗਈਆਂ ਉਹ ਸਾਰੀਆਂ ਨੂੰ ਸਿਰਫ ਇੱਕੋ ਮੂਵ ਨੇ ਹੁੰਝਾ ਫੇਰ ਦਿੱਤਾ ਤੇ ਇਹਦਾ ਜਿਹੜਾ ਵੱਡਾ ਕਰੈਡਿਟ ਆ ਲੈnde ਪੰਜਾਬ ਦੇ ਗਵਰਨਰ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਚੌਧਰੀ ਸਰਵਰ ਜੀ ਤੇ ਵਜ਼ੀਰੇ ਆਲਮ ਇਮਰਾਨ ਖਾਨ ਉਹਨਾਂ ਨੂੰ ਜਾਂਦਾ ਵਾ ਬੜਾ ਵੱਡਾ ਇੱਕ ਇਤਿਹਾਸਿਕ ਇੱਕ ਭਾਈਚਾਰਕ ਕਦਮ ਸੀਗਾ ਜਿਹੜਾ ਇਹਨਾਂ ਦੇ ਇਨਾਂ ਦੀ ਸਰਕਾਰ ਵੱਲੋਂ ਚੁੱਕਿਆ ਗਿਆ ਸੋ ਬੜੀਆਂ ਸਾਂਝਾਂ ਨੇ ਮੈਨੂੰ ਲੱਗਦਾ ਇਹੋ ਜੇ ਬੜੀ ਵੱਡੀ ਵੱਡੀਆਂ ਡਿਸਕਸ਼ਨਾਂ ਬੜੀਆਂ ਸੋਚ ਕੇ ਕਰਨ ਵਾਲੀਆਂ ਗੱਲਾਂ ਨੇ ਸਾਡੀਆਂ ਦੋਨੋਂ ਪਾਸੇ ਦੇ ਪੰਜਾਬਾਂ ਦੀਆਂ ਤੁਹਾਡਾ ਆਿਆਂ ਦਾ ਫੇਰ ਬਹੁਤ ਬਹੁਤ ਧੰਨਵਾਦ ਹਰਸਿਮਰਨ ਸਿੰਘ ਬਿਕਰਮ ਸਿੰਘ ਤੁਹਾਡਾ ਦੋਨਾਂ ਵੀਰਾਂ ਦਾ ਧੰਨਵਾਦ ਤੁਸੀਂ ਸਾਰੀ ਕਮਿਊਨਿਟੀ ਦੇ ਇਹਨਾਂ ਨੂੰ ਇਹਨਾਂ ਮਹਾਨ ਸ਼ਖਸੀਤਾਂ ਨੂੰ ਅ ਸੰਮੁਖ ਕੀਤਾ ਤੇ ਸਾਡੇ ਵੱਡੇ ਭੈਣ ਜੀ ਬੇਗਮ ਸਰਵਰ ਜੀ ਉਹਨਾਂ ਦਾ ਧੰਨਵਾਦ ਤੁਸੀਂ ਵੀ ਸੰਗਤ ਨੂੰ ਅ ਅਡਰੈਸ ਕੀਤਾ ਬੜੇ ਖੁੱਲੇ ਲਫ਼ਜ਼ਾਂ ਦੇ ਵਿੱਚ ਤੇ ਆਪਦੇ ਕੰਮਾਂ ਬਾਰੇ ਦੱਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਅਸਲਾਮੁਅਲੈਕਮ ਗੁੱਡ ਆਫਟਰਨੂੰ ਮੈਂ ਸਭ ਤੋਂ ਪਹਿਲਾਂ ਤੇ ਸਾਡੇ ਪਿਆਰੇ ਵੀਰ ਹਰ ਸਿਮਰਨ ਸਿੰਘ ਦਾ ਸ਼ੁਕਰੀਆ ਅਦਾ ਕਰਨਾ ਕਿ ਉਹਨਾਂ ਨੇ ਇਡੀ ਖੂਬਸੂਰਤ ਆਫਟਰਨੂੰ ਦਾ ਇhtimam ਕੀਤਾ ਇਹ ਜਿੰਨੇ ਵੇਖਣ ਨੂੰ ਖੂਬਸੂਰਤ ਨੇ ਉਸ ਤੋਂ ਜ਼ਿਆਦਾ ਇਹ ਦਿਲ ਦੇ ਵੀ ਚੰਗੇ ਨੇ ਔਰ ਇੱਥੇ ਅਸੀਂ ਐਸ ਏਰੀਆ ਦੇ ਵਿੱਚ ਅੱਜ ਤੋਂ ਬਾਅਦ ਜਦੋਂ ਵੀ ਆਇਆ ਕਰਾਂਗੇ ਗਵਰਨਰ ਸਾਹਿਬ ਦੇ ਨਾਲ ਅਸੀਂ ਇਹਨਾਂ ਨੂੰ ਜ਼ਰੂਰ ਮਿਲਣ ਲਾਇਆ ਕਰਾਂਗੇ ਇਹ ਸਾਡੇ ਅਸੀਂ ਪਾਕਿਸਤਾਨ ਚ ਵੀ ਇਹਨਾਂ ਨੂੰ ਇਨਵਾਈਟ ਕਰਨੇ ਆ ਔਰ ਇਹਨਾਂ ਦੇ ਨਾਲ ਜਿਹੜੇ ਵੀ ਦੋਸਤ ਆਉਣਗੇ ਉਹਨਾਂ ਨੂੰ ਵੀ ਇਨਸ਼ਾਅੱਲਾ ਗਵਰਨਰ ਸਾਹਿਬ ਦੀ ਨਾਲ ਉਹਨਾਂ ਦੀ ਇਜਾਜ਼ਤ ਦੇ ਨਾਲ ਸਟੇਟ ਲੈਵਲ ਦਾ ਪ੍ਰੋਟੋਕੋਲ ਮਿਲੇਗਾ ਮੈਂ ਡਾਕਟਰ ਆਸਰ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਨਾ ਹੈ ਡਾਕਟਰ ਆਸਰ ਸਾਹਿਬ ਨੇ ਅੱਜ ਬਹੁਤ ਅੱਛੇ ਪ੍ਰੋਗਰਾਮ ਇਥੇ ਇਹਨਾਂ ਦੀ ਨਾਲ ਮਾਮਲੇ ਦੇ ਨਾਲ ਹੋਏ ਔਰ ਲੈਫਟਨੈਂਟ ਗਵਰਨਰ ਨਾਲ ਗਵਰਨਰ ਸਾਹਿਬ ਨਾਲ ਯੂਸੀ ਦੇਵਸਤੇਵਜ ਗਵਰਨਰ ਸਾਹਿਬ ਤੇ ਲੈਹਿੰਦੇ ਪੰਜਾਬ ਔਰ ਕੈਲੀਫੋਰਨੀਆ ਦੇ ਐਗਰੀਮੈਂਟ ਹੋਏ ਲੈਹਿੰਦਾ ਪੰਜਾਬ ਤੇ ਛੱਡਦਾ ਪੰਜਾਬ ਦੁਆਨ ਦੀ ਕਲਚਰ ਹੈ ਕਾ ਬੋਲੀ ਹੈ ਕਾ ਸਿਵਲਾਈਜੇਸ਼ਨ ਹੈ ਕਾ ਔਰ ਬਹੁਤ ਸਾਰੀਆਂ ਆਤਮਿਕ ਜੈਸੀਆਂ ਨੇ ਇਹਦਾ ਤੁਸੀਂ ਉਦੋਂ ਹੀ ਵੇਖ ਸਕਦੇ ਜੇ ਜਦੋਂ ਲਾਹੌਰ ਆਓਗੇ ਲਾਹੌਰ ਆਓਗੇ ਤੇ ਜਿਹੜੀ ਟਰਬਨ ਦੀ ਸਿੱਖ ਪਗੜੀ ਦੀ ਰਿਸਪੈਕਟ ਆ ਅਗਰ ਦੁਨੀਆ 'ਚ ਕਿਸੇ ਜਗ੍ਹਾ ਤੇ ਤੁਸੀਂ ਵੇਖਣੀ ਹੈ ਤਾਂ ਤੁਹਾਨੂੰ ਲਾਹੌਰ 'ਚ ਆਏ ਮਿਲੇਗੀ ਔਰ ਮੈਂ ਸਾਰੇ ਦੋਸਤਾਂ ਨੂੰ ਰਿਕਵੈਸਟ ਕਰਾਂਗਾ ਕਿ ਇਸ ਵਾਰੀ ਗਵਰਨਰ ਸਾਹਿਬ ਜਦੋਂ 552ਵੀਂ سالਗिरा ਨਵੰਬਰ ਦੇ ਵਿੱਚ ਗਵਰਨਰ ਹਾਊਸ ਦੇ ਵਿੱਚ ਇਹਨਾਂ ਰੱਖੀ ਆ ਤੇ ਉਦੋਂ ਸਾਰੇ ਦੋਸਤ ਉੱਤੇ ਤਸ਼ਰੀਫ ਲਿਆਉਣ ਔਰ ਗਵਰਨਰ ਹਾਊਸ ਦੇ ਵਿੱਚ ਗਵਰਨਰ ਸਾਹਿਬ ਦੀ ਹੌਸਪਿਟੈਲਿਟੀ ਵੇਖੋਗੇ ਤੇ ਤੁਹਾਨੂੰ ਲੈਹਦੇ ਪੰਜਾਬ ਦੀ ਹੌਸਪਿਟੈਲਿਟੀ ਦਾ ਇੱਕ ਵਾਰੀ ਮਜ਼ਾ ਜ਼ਰੂਰ ਆਏਗਾ ਮੈਂ ਇਸੇ ਤਰੀਕੇ ਮੈਮਨ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਨਾ ਉਹਨਾਂ ਨੇ ਤੁਹਾਨੂੰ ਕਿ ਵੀਜ਼ੇ ਦੇ ਬਾਰੇ ਦਸਹੀ ਦਿੱਤਾ ਹੈ ਇੱਥੇ ਖਾਲਿਦ ਸਾਹਿਬ ਨੇ ਕਿਉਂਕਿ ਅਸੀਂ ਅੱਜ ਆਖਰੀ ਦਿਨ ਹੈ ਸਾਡਾ ਖਾਲਿਦ ਸਾਹਿਬ 12 ਦਿਨ ਤੋਂ ਪਿੱਛੇ ਸਾਡੇ ਨਾਲ ਨੇ ਹਰ ਜਗ੍ਹਾ ਸਾਡੇ ਨਾਲ ਗਏ ਨੇ ਔਰ ਸਾਡੇ ਇੱਥੇ ਇੱਕ ਨੁਮਾਇੰਦੇ ਨੇ ਗਵਰਨਰ ਸਾਹਿਬ ਦੇ ਵੀ ਦੋਸਤ ਨੇ ਸਾਡੇ ਵੀ ਦੋਸਤ ਨੇ ਔਰ ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨੇ ਆ ਉਮਰ ਚਿਮਾ ਸਾਹਿਬ ਇਨਸਟਰੂਮੈਂਟਲ ਬਣੇ ਸਾਨੂੰ ਹਰ ਸਿਮਰਨ ਸਿੰਘ ਸਾਹਿਬ ਲ ਬਣਾਉਣ ਲਈ ਸਾਡੇ ਸੋਹਣੇ ਭਰਾ ਲ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਤੁਹਾਡੀ ਸਾਰੀ ਸਰਵਿਸ ਜਿਹੜੀਆਂ ਇਨਸ਼ਾਅੱਲਾ ਅਸੀਂ ਤੁਹਾਡਾ ਮਿਲ ਕੇ ਸਿਕ ਕਮਿਊਨਿਟੀ ਲ ਹੋਰ ਪਿਆਰ ਨੂੰ ਵਧਾਵਾਂਗੇ ਮੈਂ ਗਵਰਨਰ ਸਾਹਿਬ ਦੇ ਬਾਰੇ ਥੋੜਾ ਜਿਆਦਾ ਦੱਸਣਾ ਚਾਹਾਂਗਾ ਕਿ ਗਵਰਨਰ ਸਾਹਿਬ 97 ਤੋਂ ਲੈ ਕੇ 1997 ਤੋਂ ਲੈ ਕੇ 2010 ਤੱਕ ਯੂਕੇ ਦੇ ਵਿੱਚ ਲਗਾਤਾਰ ਤਿੰਨ ਵਾਰੀ ਯੂਕੇ ਦੇ ਮੈਂਬਰ ਪਾਰਲੀਮੈਂਟ ਸਹੇ ਉਸ ਹੋਣ ਇਹਨਾਂ ਦਾ ਬੇਟਾ ਉਥੇ ਸਕਾਟਲੈਂਡ ਦੇ ਵਿੱਚ ਲੇਬਰ ਪਾਰਟੀ ਦਾ ਲੀਡਰ ਆ 2010 ਚ ਇਹ ਪਾਕਿਸਤਾਨ ਤਸ਼ਰੀਫ ਲਾਇਆ ਇਹਨਾਂ ਦੀ ਹੁਣ ਫੈਮਿਲੀ ਅਸੀਂ ਪਾਕਿਸਤਾਨੀ ਔਰ ਸਾਨੂੰ ਬਲਕੇ ਪੰਜਾਬੀਆਂ ਨੂੰ ਪ੍ਰਾਈਡ ਫੀਲ ਕਰਨੀ ਚਾਹੀਦੀ ਆ ਕਿ ਇਹਨਾਂ ਦੀ ਫੈਮਿਲੀ ਪੰਜਾਬ ਚ ਵੀ ਤੇ ਯੂਕੇ ਦੇ ਵਿੱਚ ਵੀ ਦੋ ਕੰਟੀਨੈਂਟ ਦੇ ਵਿੱਚ ਸਰਵ ਕਰ ਰਹੀ ਆ ਔਰ ਹਿਮੈਨਿਟੀ ਦੀ ਹੈਲਪ ਕਰ ਰਹੇ ਨੇ ਸਰਵਰ ਫਾਊਂਡੇਸ਼ਨ ਦੇ ਥ੍ਰੀ ਹੈ ਜ਼ਰੀਏ ਪੋਲਿਟਿਕਸ ਦੇ ਜ਼ਰੀਏ ਡਿਸੀਜਨ ਮੇਕਿੰਗ ਪੋਲਿਟਿਕਸ ਹਨ ਪਤਾ ਬਹੁਤ ਇੰਪੋਰਟੈਂਟ ਹੋਈ ਹੁੰਦੇ ਨੇ ਔਰ ਉਥੇ ਜਿਹੜੀ ਵੀ ਡਿਸੀਜਨ 메ਕਿੰਗ ਕਰਦੇ ਨੇ ਉਹ ਉਹਦੇ ਵਿੱਚ ਇਨਸਾਨੀਅਤ ਦੀ ਖidmat ਦਾ ਔਨੈਸਟੀ ਦੇ ਨਾਲ ਕੰਮ ਕਰਦੇ ਨੇ ਇਸੇ ਤਰੀਕੇ 2010 ਜਦੋਂ 10 ਇਹਨਾਂ ਨੇ ਉਥੋਂ ਰਿਟਾਇਰ ਹੋ ਕੇ ਤੇ ਪਾਕਿਸਤਾਨ ਤਸ਼ਰੀਫ ਲਾਇਆ ਇਹ ਬੜਾ ਹੀ ਮੁਸ਼ਕਲ ਫੈਸਲਾ ਸੀ ਉਥੇ ਇਹ ਮੈਂਬਰ ਪਾਰਲੀਮੈਂਟ ਵੀ ਸਾਰੇ ਇਹਨਾਂ ਦਾ ਬਿਜ਼ਨਸ ਵੀ ਮਾਸ਼ਾਅੱਲਾ ਉਥੇ ਬਹੁਤ بڑا ਬਿਜ਼ਨਸ ਸਾਹ ਫੈਮਿਲੀ ਬੱਚੇ ਵੀ ਸਾਰੇ ਉਥੇ ਸਨ ਇਹਨਾਂ ਨੇ ਪੰਜਾਬ ਲਈ ਕੁਰਬਾਨੀ ਦੇ ਕੇ ਉਥੇ ਦੀ ਨੈਸ਼ਨੈਲਿਟੀ ਛੱਡ ਕੇ ਤੇ ਲੈਹਦੇ ਪੰਜਾਬ 'ਚ ਆ ਗਏ और इतने दो दफा गवर्नर बने दो हज़ार तेरह से गवर्नर बने असूलों की बुनियाद के उ दो हज़ार पंद्रह इन्हें रिजाइन कर दिता इस तरीके की मिसाल बहुत घट्ट मिलती है कि कोई असूलों की बुनियाद के उ गवर्नरशिप तो रिजाइन करे उस तो बाद ने इमरान खान पार्टी की थी खान पार्टी जॉइन की और हम इमरान खान की पार्ट के गवर्नर ने और पाकिस्तान के मेन लीडर ने थोड़ा जहा मैं होर दसदा जावा इन्होंने बारे कि पाकिस्तान सिख एक रिलजियस टूरिजम कमेटी है ਜਿਹੜੀ ਬਹੁਤ ਹੀ ਹਾਈ ਪਾਵਰ ਕਮੇਟੀ ਆ ਉਹਦੇ ਵਿੱਚ ਫੈਡਰਲ ਇੰਟੀਰੀਅਰ ਮਿਨਿਸਟਰ ਮੈਂਬਰ ਨੇ ਉਹਦੇ ਵਿੱਚ ਫੈਡਰਲ ਰੈਲੀਜੀਅਸ ਮਿਨਿਸਟਰ ਮੈਂਬਰ ਨੇ ਫੈਡਰਲ ਰੇਲਵੇ ਮਿਨਿਸਟਰ ਮੈਂਬਰ ਨੇ ਹੋਰ ਵੀ ਬਹੁਤ ਸਾਰੇ ਮੈਂਬਰ ਨੇ ਫੈਡਰਲ ਮਿਨਿਸਟਰਸ ਅ ਪ੍ਰੋਵਿੰਸ਼ੀਅਲ ਮਿਨਿਸਟਰਸ ਉਹ ਬੜੀ ਹਾਈ ਪਾਵਰ ਕਮੇਟੀ ਆ ਜਿਹੜੀ ਡਿਸੀਜਨ 메ਕਿੰਗ ਕਰਦੀ ਆ ਉਹਦੇ ਚੇਅਰਮੈਨ ਗਵਰਨਰ ਸਾਹਿਬ ਨੇ ਸੋ ਜਿਹੜੇ ਸਿੱਖ ਇਸ਼ੂਜ਼ ਨੂੰ ਡੀਲ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਨੇ ਉਹ ਕਰਦੇ ਨੇ ਔਰ ਇਹਨਾਂ ਦਾ ਸਿੱਖ ਕਮਿਊਨਿਟੀ ਦਾ ਪਿਆਰ ਜਦੋਂ ਤੁਸੀਂ ਇਹਨਾਂ ਨੂੰ ਤਕਰੀਰ ਕਰੋ ਕਿ ਜਿਹੜੀਆਂ ਪਾਲਿਸੀ ਬਿਆਨ ਨੇ ਸਾਰੇ ਇਹ ਹੀ ਦੇਣਗੇ ਮੈਂ ਸਿੱਖ ਕਮਿਊਨਿਟੀ ਦੇ ਨਾਲ ਇਹਨਾਂ ਦਾ ਪਿਆਰ ਜਿਹੜਾ ਉਹਦੀ ਮਿਸਾਲ ਇਹ ਗਲਾਸਗੋਚ ਵੀ ਹੈ ਬਹੁਤ ਜ਼ਿਆਦਾ ਕਰੀਬ ਸਣ ਪਾਕਿਸਤਾਨ ਚ ਆ ਕੇ ਵੀ ਅਗਰ ਗਵਰਨਰ ਹਾਊਸ ਦੇ ਵਿੱਚ ਕੋਈ ਵੀ ਸਿੱਖ ਕਮਿਊਨਿਟੀ ਦਾ ਬੰਦਾ ਦੁਨੀਆ ਚ ਕਿਤੇ ਵੀ ਜਾਂਦਾ ਤੇ ਉਹਦਾ ਭਰਪੂਰ ਇਸਤਿਕਬਾਲ ਕੀਤਾ ਜਾਂਦਾ ਔਰ ਉਹ ਈਜ਼ੀ ਉਹਨੂੰ ਐਕਸੈਸ ਹੁੰਦੀ ਹੈ ਗਵਰਨਰ ਹਾਊਸ ਦੇ ਵਿੱਚ ਔਰ ਹਮੇਸ਼ਾ ਮੋਸਟਲੀ ਜਦੋਂ ਉੱਥੇ ਲੋਕ ਜਾਂਦੇ ਨੇ ਉਹਨਾਂ ਨੂੰ ਇੱਕ ਡਿਨਰ ਲੰਚ ਦਾ ਇਤਮਾਮ ਕੀਤਾ ਜਾਂਦਾ 550ਵੇਂ ਸਾਲ ਗਰਾਤੇ ਜਿਹੜਾ ਪ੍ਰੋਗਰਾਮ ਸੀ ਉਹਦੇ ਬਾਰੇ ਵਿੱਚ ਖੁਦ ਦੱਸਣਗੇ ਕਿ ਕਿਹੋ ਜਿਹਾ ਪ੍ਰੋਗਰਾਮ ਹੋਇਆ ਸੀ ਹੁਣ ਤੁਸੀਂ ਆ ਕੇ ਇਨਵਾਈਟ ਕਰੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਔਰ ਮੈਂ ਤੁਹਾਨੂੰ ਦੱਸਣਾ ਕਿ ਸਾਡੇ ਭਰਾ ਨੇ ਤੇ ਅਸੀਂ ਇਹਨਾਂ ਦੇ ਨਾਲ ਪਿਆਰ ਨਾਲ ਦਿਲਾਂ ਦਿਲ ਮਿਲਾ ਰਿਹਾ ਔਰ ਇਨਸ਼ਾਅੱਲਾ ਇਹ ਸਾਡੀ ਦੋਸਤੀ ਜਿਹੜੀ ਜ਼ਿੰਦਗੀ ਭਰ ਚੱਲੇਗੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਗੁਰੂਮਾਰੀ ਕਿਰਪਾ ਕਰਨ ਇਹ ਪਿਆਰ ਜਿਹੜੇ ਆ ਉਹ ਬਣੇ ਰਹਿਣ ਹੁਣ ਜਿਵੇਂ ਕਿ ਸਾਰਿਆਂ ਦਾ ਆਪਾਂ ਵੇਟ ਕਰ ਰਹੇ ਨੇ ਮੈਂ ਬਹੁਤ ਸੁਣਿਆ ਕਿ ਸਰਵਰ ਸਾਹਿਬ ਜਦੋਂ ਲੈਕਚਰ ਕਰਦੇ ਨੇ ਤੇ ਬਹੁਤ ਜਿਹੜਾ ਉਹ ਇੰਗੇਜਿੰਗ ਹੁੰਦਾ ਬੜਾ ਅੰਗੇਜ ਕਰਕੇ ਰੱਖਦੇ ਨੇ ਸੋ ਮੈਂ ਚਾਹੂਗਾ ਕਿ ਅੱਜ ਦੇ ਜਿਹੜੇ ਆਪਣੇ ਖਾਸ ਮਹਿਮਾਨ ਨੇ ਜ਼ੋਰਦਾਰ ਤਾੜੀਆਂ ਦੇ ਵਿੱਚ ਇੱਕ ਵਾਰੀ ਪਲੀਜ਼ ਸਵਾਗਤ ਕਰੋ ਗਵਰਨਰ ਚੌਧਰੀ ਮੁਹੰਮਦ ਸਰਵਰ ਸਾਹਿਬ ਥੈਂਕ ਯੂ ਥੈਂਕ ਯੂ ਵੀਰ ਬਦਰ ਜਨਾਬ ਹਰ ਸਿਮਰਨ ਸਾਹਿਬ ਵਿਕਰਮ ਸਾਬ ਗਾਰੀ ਮੱਲੀ ਉਮਰ ਚੀਮਾ ਫਰਹਾਨ ਖਾਲਦ اور ਸਿੱਖ ਕਮਿਊਨਿਟੀ ਲੀਡਰ ਬਾਬਾ ਜੀ ਬੜੀ ਜ਼ਬਰਦਸਤ ਤਕਰੀਰ ਕੀਤੀ ਹੈ ਸੰਦੀਪ ਨੇ ਬੜੀ ਜ਼ਬਰਦਸਤ ਤਕਰੀਰ ਕੀਤੀ ਹੈ ਬੜੀ ਪਿਆਰੀਆਂ ਗੱਲਾਂ ਕੀਤੀਆਂ ਨੇ ਤੇ ਮੇਰੇ ਭੈਣਾਂ ਇੱਧਰ ਬੈਠੀਆਂ ਨੇ ਸਾਰਿਆਂ ਨੂੰ ਸलाम ਤੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਿੱਖ ਕਮਿਊਨਿਟੀ ਦੇ ਨਾਲ ਮੇਰੇ ਜਿਹੜੇ ਤਾਲਕਾਤ ਹੈਗੇ ਨੇ ਮੈਂ 1976 ਦੇ ਵਿੱਚ 1976 ਦੇ ਵਿੱਚ ਬ੍ਰਿਟਾਨੀਆ ਗਿਆ ਉੱਥੇ ਪਹਿਲਾਂ ਆਪਣਾ ਇੱਕ ਛੋਟੀ ਜੀ ਦੁਕਾਨ ਸੀ ਉੱਚ ਕੰਮ ਕੀਤਾ ਫਿਰ ਉਸ ਤੋਂ ਬਾਅਦ ਮਾਰਕੀਟਾਂ ਜਿਹੜੀਆਂ ਇੱਥੇ ਜੁਮਾ ਬਾਜ਼ਾਰ ਜਿਹਨੂੰ ਅਸੀਂ ਕਹਿੰਨੇ ਆ ਜਾਂ ਸੰਡੇ ਬਾਜ਼ਾਰ ਲੱਗਦੇ ਨੇ ਉਹ ਲਾਏ ਫਿਰ ਉਸ ਤੋਂ ਬਾਅਦ ਮੈਂ ਹੋਲਸੇਲ ਦਾ ਕੰਮ ਸ਼ੁਰੂ ਕੀਤਾ 79 ਦੇ ਵਿੱਚ ਤੇ ਜਦੋਂ ਮੈਂ ਇਹ ਹੋਲਸੇਲ ਦਾ ਕੰਮ ਸ਼ੁਰੂ ਕੀਤਾ ਤੇ ਉਦੋਂ ਮੇਰੇ ਤਲਕਾ ਜਿਹੜੇ ਨੇ ਸਿੱਖਾਂ ਦੇ ਨਾਲ ਬਣਨੇ ਸ਼ੁਰੂ ਹੋਏ ਤੇ ਜਿੱਦਾਂ ਕਾਉਂਸਲ ਜਨਰਲ ਸਾਹਿਬ ਨੇ ਕਿਹਾ ਕਿ ਮੈਂ ਅੱਜ ਤੱਕ ਕਿਸੇ ਨੂੰ ਵੀਜ਼ਾ ਸਿੱਖ ਨੂੰ ਇਨਕਾਰ ਨਹੀਂ ਕੀਤਾ ਤੇ ਮਮੀ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਮੇਰੇ ਇੱਕ ਦੋਸਤ ਨੇ ਉੱਥੇ ਸਰਦਾਰ ਸੋਹਣ ਸਿੰਘ ਰੰਦਾਵਾ ਸਾਹਿਬ ਉਹਨਾਂ ਨੇ ਮੈਨੂੰ ਫੋਨ ਕੀਤਾ ਉਹਨੇ ਕਿਹਾ ਜੀ ਮੇਰੇ ਇੱਕ ਰਿਸ਼ਤੇਦਾਰ ਨੇ ਉਹਨਾਂ ਨੇ ਦੁਕਾਨ ਪਾਈ ਹੈ ਨਵੀਂ ਤੇ ਤੁਸੀਂ ਉਹਨਾਂ ਨੇ ਮਾਲ ਲੈਣਾ ਹੈ ਤੇ ਉਹਨਾਂ ਨੂੰ ਅਧਾਰਾ ਮਾਲ ਦੇ ਦੇਣਾ ਤੇ ਉਹ ਆਏ ਮੈਨੂੰ ਮਿਲੇ ਤੇ ਮੈਂ ਕਿਹਾ ਜੀ ਕਿੰਨੇ ਦਾ ਮਾਲ ਚਾਹੀਦਾ ਉਹਨਾਂ ਨੇ ਕਿਹਾ 4-5 ਹਜ਼ਾਰ ਪਾਉਂਡ ਬੜਾ ਸੀ 4-5 ਹਜ਼ਾਰ ਪਾਉਂਡ ਨਾਲ ਦੁਕਾਨ ਭਰ ਜਾਂਦੀ ਸੀ ਉਹ ਮੈਂ ਕਰਦਾ ਸੀ ਵੀ ਜਿਹੜਾ ਵੀ ਆਂਦਾ ਸੀ ਤੇ ਕਹਣਾ ਸੀ ਚੱਲ ਵੀ ਦੁਕਾਨ ਪਾ ਲਾ ਤੇ ਪੈਸੇ ਹੌਲੀ-ਹੌਲੀ ਦੇਈ ਜੇ ਬਿਜ਼ਨਸ ਸ਼ੁਰੂ ਹੋ ਜਾਂਦਾ ਸੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਸਰਦਾਰ ਜੀ ਜੇ ਤੁਹਾਡੀ ਸਫਾਰਿਸ਼ ਨਾ ਵੀ ਹੁੰਦੀ ਤੇ ਕ੍ਰੈਡਿਟ ਤੇ ਮੈਂ ਮੈਨੂੰ ਮਿਲ ਜਾਣਾ ਸੀਗਾ ਤੁਹਾਨੂੰ ਉਹ ਕਹਿੰਦੇ ਜੀ ਇਹ ਕਿਦਾਂ ਮੈਂ ਕਿਹਾ ਮੈਂ ਜਿੰਨਾ ਕ ਸਿੱਖਾਂ ਨੂੰ 1.5 ਸਾਲ ਦਾ ਜਾਣਨਾ ਸ਼ੁਰੂ ਕੀਤਾ ਤੇ ਮੇਰੀਆਂ ਇਨਸਟਰਕਸ਼ਨ ਹੈਗੀਆਂ ਨੇ ਕ੍ਰੈਡਿਟ ਡਿਪਾਰਟਮੈਂਟ ਨੂੰ ਕਿ ਕਿਸੇ ਸਿੱਖ ਨੂੰ ਜਿਹੜਾ ਹੈ ਉਹਦਾ ਰੈਫਰੈਂਸ ਵੀ ਨਹੀਂ ਲੈਣਾ ਉਹਨੂੰ ਆਧਾਰ ਦੇ ਦੇਣਾ। ਔਰ ਯਕੀਨ ਕਰੋ ਕਿ ਕਦੀ ਕਿਸੇ ਨੇ ਪੈਸੇ ਜਿਹੜੇ ਹੈ ਹੋਇਆ ਨਹੀਂ ਕਿ ਉਹਨਾਂ ਨੇ ਪੈਸੇ ਜਿਹੜੇ ਹੈ ਉਹ ਸਾਨੂੰ ਨਾ ਦਿੱਤੇ ਹੋ। ਉੱਥੋਂ ਸਾਡੀ ਮੁਹੱਬਤ ਦਾ ਰਿਸ਼ਤਾ ਇੱਕ ਬਿਜ਼ਨਸ ਦਾ ਰਿਸ਼ਤਾ ਵੈਸੇ ਵੀ بڑا ਮਜ਼ਬੂਤ ਰਿਸ਼ਤਾ ਹੁੰਦਾ ਹੈ। ਉਸ ਤੋਂ ਬਾਅਦ ਮੈਂ ਪੋਲਿਟਿਕਸ 'ਚ ਆ ਗਿਆ। ਪੋਲਿਟਿਕਸ ਵੀ ਸਿੱਖ ਕਮਿਊਨਿਟੀ ਦੀ ਸਪੋਰਟ ਰਹੀ। ਤੇ ਇਸੇ ਵਾਸਤੇ ਮੈਂ आसिफ महमूद ਨੂੰ ਕਹਿ ਰਿਹਾ ਸੀ ਕਿ ਇਹ ਜਿਹੜਾ ਸਿੱਖ ਕਮਿਊਨਿਟੀ ਤੇ ਪਾਕਿਸਤਾਨੀ ਕਮਿਊਨਿਟੀ ਇਕੱਠੇ ਹੋ ਜਾਣ ਤੇ ਫਿਰ ਇਹ ਅਨਬੀਟੇਬਲ ਵੀ ਨੇ ਤੇ ਅਨਸਟਾਪੇਬਲ ਵੀ ਨੇ ਤੇ ਇਹ ਹੁਣ ਇਕੱਠੇ ਹੋ ਗਏ ਨੇ ਅੱਲਾ ਦੀ ਮਿਹਰਬਾਨੀ ਨਾਲ ਔਰ ਇਹ ਜਿਹੜਾ ਪਿਆਰ ਹੈਗਾ ਜਿਹੜੀ ਮੁਹੱਬਤ ਹੈਗੀ ਆ ਇਹ ਹੁਣ ਹਮੇਸ਼ਾ ਵਾਸਤੇ ਆ ਫਿਰ ਉਸ ਤੋਂ ਬਾਅਦ ਸਾਡੀਆਂ ਪਰਪਸ ਬਿਲਟ ਮਸਜਿਦਾਂ ਸੀ ਪਰਪਸ ਬਿਲਟ ਗੁਰਦੁਆਰਾ ਉੱਥੇ ਨਹੀਂ ਸੀਗਾ ਗਲਾਸਕੋ ਦੇ ਵਿੱਚ ਤੇ ਮੇਰੇ ਕੋਲ ਸਿੱਖ ਪਾਇਆ ਹੈ ਕਿ ਭਈ ਸਾਨੂੰ ਜਗ੍ਹਾ ਲੈ ਕੇ ਦਿਓ ਤੇ ਮੈਨੂੰ ਇਸ ਗੱਲ ਦਾ ਵੀ ਬੜਾ ਫਖਰ ਹੈ ਕਿ ਜਿਹੜਾ ਉੱਥੇ ਪਰਪਸ ਬਿਲਟ ਗੁਰਦੁਆਰਾ ਗਲਾਸਕੋ ਬਣਿਆ ਹੈਗਾ ਉਹ ਸਿੱਖ ਕਮਿਊਨਿਟੀ ਨੂੰ ਜਗ੍ਹਾ ਮੈਂ ਉੱਥੇ ਲੈ ਕੇ ਦਿੱਤੀ ਸੀ ਤੇ ਉਦੋਂ ਜਦੋਂ ਮੈਂ ਉਹਦੀ ਓਪਨਿੰਗ ਤੇ ਗਿਆ ਤੇ ਉਦੋਂ ਮੈਨੂੰ ਪਤਾ ਲੱਗਾ ਕਿ ਮੀਆਂ ਮੀਰ ਨੇ ਉੱਥੇ ਗੁਰਦੁਆਰੇ ਦਾ ਜਿਹੜਾ ਹੈ ਇਹ ਤਾਂ ਜਿਹੜਾ ਹੈਗਾ ਉਹ ਕੀਤਾ ਸੀ ਤੇ ਫਿਰ ਮੈਨੂੰ ਪਤਾ ਲੱਗਾ ਕਿ ਸਾਡੀ ਜਿਹੜੀ ਰਿਲੇਸ਼ਨਸ਼ਿਪ ਹੈ ਇਹ ਸੈਂਚਰੀਜ਼ 올ਡ ਰਿਲੇਸ਼ਨਸ਼ਿਪ ਹੈਗੀ ਆ ਔਰ ਇਹਦੇ ਤੇ ਅਸੀਂ ਆਪਣੇ ਆਪ ਨੂੰ ਜਿਹੜਾ ਹੈਗਾ ਹੋਰ ਬਿਲਡ ਕਰਨਾ ਹੈ ਲੰਘੇ ਦੇ ਬਾਰੇ ਵਿੱਚ ਮੇਰਾ ਖਿਆਲ ਹੈ ਮੈਂ ਹਾਂ ਗੱਲ ਜ਼ਿਆਦਾ ਕਰਨੀ ਚਾਹੁੰਦਾ ਕਿ ਇਹ ਸਾਡੀ ਹਕੂਮਤ ਦਾ ਫੈਸਲਾ ਸੀ ਔਰ ਮੈਂ ਤੁਹਾਨੂੰ ਇਹ ਗੱਲ ਇਮਾਨਦਾਰੀ ਨਾਲ ਦੱਸਦਾ ਇਹ ਗੱਲ ਅੱਜ ਦੀ ਨਹੀਂ ਜਦੋਂ ਮੈਂ ਉੱਥੇ ਸਿੱਖ ਕਮਿਊਨਿਟੀ ਦੇ ਨਾਲ ਮਿਲਦਾ ਸੀ ਗੱਲਾਂ ਹੁੰਦੀਆਂ ਸੀ ਤੇ ਉਸ ਲੰਘੇ ਦੀ ਗੱਲ ਜ਼ਰੂਰ ਸਿੱਖ ਕਮਿਨਟੀ ਕਰਦੀ ਸੀ ਔਰ ਮੈਂ ਫੀਲ ਕਰਦਾ ਸੀ ਕਿ ਉਹਨਾਂ ਨੂੰ ਕਿੰਨੀ ਕਿ ਦੀ ਤੜਫ ਹੈ ਔਰ ਮੈਂ ਇਹ ਚੀਜ਼ ਮਹਿਸੂਸ ਕਰਦਾ ਸੀ ਕਿ ਅਗਰ ਮੈਂ ਮਦੀਨੇ ਤੋਂ ਜਿੱਥੇ ਸਾਡੇ ਨਬੀ ਸਲਸਲਮ ਦੀ ਕਬਰ ਹੈ ਅਗਰ ਅਸੀਂ ਉੱਥੇ 4 ਮੀਲ ਦੂਰ ਦੇ ਫੈਸਲੇ ਤੇ ਹੋਈਏ ਤੇ ਦੂਰਬੀਨ ਦੇ ਜ਼ਰੀਏ ਅਸੀਂ ਦੇਖ ਸਕੀਏ ਅਸੀਂ ਡਾਇਰੈਕਟ 4 ਮੀਲ ਜਾ ਕੇ ਦਰਸ਼ਨ ਨਾ ਕਰ ਸਕੀਏ ਤੇ ਸਾਨੂੰ ਕਿੰਨੀ ਕਿ ਤਕਲੀਫ ਹੋਏਗੀ ਤੋਂ ਉਹ ਮੈਂ ਸਮਝਦਾ ਕਿ 70 ਸਾਲ ਕਿੰਨੀ ਸਾਡੇ ਸਿੱਖ ਭਾਈਆਂ ਨੂੰ ਜਿਹੜੇ ਦੂਸਰੇ ਹਿੱਸੇ ਦੇ ਵਿੱਚ ਇੰਡੀਆ ਦੇ ਰਹਿੰਦੇ ਕਿੰਨੀ ਤਕਲੀਫ ਹੋਏਗੀ ਔਰ ਇਹ ਬੜਾ ਮੈਂ ਸਮਝਦਾ ਕਿ ਸਹੀ ਫੈਸਲਾ ਹੋਇਆ ਅੱਛਾ ਫੈਸਲਾ ਹੋਇਆ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਕੀਤਾ ਸਾਡੀ ਹਕੂਮਤ ਨੇ ਕੀਤਾ ਕਿ ਉਹ ਜਿਹੜਾ ਹੈਗਾ ਕੋਰੀਡੋਰ ਜਿਹੜਾ ਹੈਗਾ ਅਸੀਂ ਖੋਲਦ ਲੇਕਿਨ ਇੱਕ ਗੱਲ ਮੈਂ ਕਹਿਣੀ ਚਾਹਨਾ ਕਿ ਇਹ ਜਿਹੜਾ ਕੋਰੀਡੋਰ ਹੈਗਾ ਮੈਂ ਇਹਨੂੰ ਪੀਸ ਕੋਰੀਡੋਰ ਕਹਿੰਦਾ ਅਗਰ ਚ ਜਦੋਂ ਅਸੀਂ ਕਾਰਡਰ ਖੋਲਣ ਦੀ ਗੱਲ ਕਰ ਰਹੇ ਸੀ ਤੁਹਾਨੂੰ ਪਤਾ ਇੰਡੀਆ ਦੇ ਨਾਲ ਉਦੋਂ ਬੜੀ ਟੈਨਸ਼ਨ ਸੀ ਲੜਾਈ ਸੀ ਲਾਈਨ ਆਫ ਕੰਟਰੋਲ ਤੇ ਖਿਲਾਫ ਰਦੀਆਂ ਹੋ ਰਹੀਆਂ ਸੀ ਤੇ ਬਹੁਤ ਸਾਰੇ ਲੋਕ ਕਹਿੰਦੇ ਸੀ ਯਾਰ ਰਿਸਕ ਨਾ ਲਵੋ ਬੜੇ ਹਾਲਾਤ ਖਰਾਬ ਨੇ ਲੇਕਿਨ ਇੱਕ ਫੈਸਲਾ ਅਸੀਂ ਕਰ ਲਿਆ ਸੀ ਕਿ ਜੋ ਮਰਜ਼ੀ ਹੋ ਜਾਏ ਸਾਸੀ ਅਮਨ ਚ ਹੋਈਏ ਜੰਗ ਚ ਹੋਈਏ ਲਾਈਨ ਆਫ ਕੰਟਰੋਲ ਤੇ ਸਾਡੀ ਲੜਾਈ ਹੋਵੇ ਲੇਕਿਨ ਇਹ ਲੰਗਾ ਜਿਹੜਾ ਹੈ ਇਹ ਅਸੀਂ ਬਾਬਾ ਗੁਰੂ ਨਾਨਕ ਜੀ ਦੀ 550ਵੀਂ ਐਨੀਵਰਸਰੀ ਤੋਂ ਪਹਿਲਾਂ ਖੋਲ੍ਹਣੀ ਖੋਲ੍ਹਣਾ ਔਰੇ ਆਸਾਨ ਟਾਸਕ ਨਹੀਂ ਸੀ ਇੱਕ ਬ੍ਰਿਜ ਬਣਾਉਣਾ ਜਿਹੜਾ ਰਾਵੀ ਤੇ ਉਹ ਵੀ ਇੱਕ ਹੀ ਉਹ ਤਿੰਨ ਤਿੰਨ ਚਾਰ ਚਾਰ ਸਾਲ ਬ੍ਰਿਜ ਬਣਾਉਣ ਨੂੰ ਲੱਗ ਜਾਂਦੇ ਨੇ ਫਿਰ ਏਡੀ ਵੱਡੀ ਰੀਨੋਵੇਸ਼ਨ ਕਰਨੀ ਸੀ ਫਿਰ ਉਹਦੀ ਪਲਾਨਿੰਗ ਕਰਨੀ ਸੀ ਪਲਾਨਿੰਗ ਵੀ ਅਸੀਂ ਇਸ ਹਿਸਾਬ ਨਾਲ ਕਰਨੀ ਚਾਹੁੰਦੇ ਸੀ ਕਿ ਅੱਜ ਤੋਂ 50 ਸਾਲ ਬਾਅਦ ਵੀ ਅਗਰ ਸਿੱਖ ਕਮਿਊਨਿਟੀ ਜਾਵੇ ਉਥੇ ਤੇ ਜਗ੍ਹਾ ਦੀ ਉਥੇ ਕਮੀ ਨਾ ਹੋ ਜਗਾ ਉੱਥੇ ਐਨੀ ਹੋਣੀ ਚਾਹੀਦੀ ਆ ਔਰ ਫਿਰ ਜਿਹੜੀ ਬਾਬਾ ਗੁਰੂ ਨਾਨਕ ਜੀ ਦੀ ਜਿੱਥੇ ਉਹ ਖੇਤੀ ਬਾੜੀ ਕਰਦੇ ਸੀ ਉਹ ਵੀ ਜਗਾ ਜਿਹੜੀ ਹੈਗੀ ਆ ਉਹਨੂੰ ਵੀ ਮਹਿਫੂਜ਼ ਕੀਤਾ ਜਾਵੇ ਹੈਰਿਟੇਜ ਜਿਹੜਾ ਹੈਗਾ ਉਹਨੂੰ ਵੀ ਮਹਿਫੂਜ਼ ਕੀਤਾ ਜਾਵੇ ਤੇ ਮੈਂ ਪਾਕਿਸਤਾਨੀਆਂ ਦੀ ਸਿੱਖਾਂ ਦਾ ਮੁਹੱਬਤ ਦੀ ਸਿਰਫ ਇੱਕੋ ਹੀ ਮਿਸਾਲ ਤੁਹਾਨੂੰ ਦੇਣੀ ਚਾਹੁੰਦਾ ਉਹ ਮਿਸਾਲ ਇਹ ਹੈ ਕਿ ਉੱਥੇ ਅਸੀਂ 4 500 ਏਕੜ ਜਗਾ ਜਿਹੜੀ ਹੈਗੀ ਆ ਨਾਲ ਦੇ ਲੋਕਾਂ ਕੋਲੋਂ ਗਵਰਨਮੈਂਟ ਨੇ ਅਕਵਾਇਰ ਕੀਤੀ ਔਰ ਤੁਹਾਨੂੰ ਪਤਾ ਕਿ ਬਾਪ ਦਾਦੇ ਦੀ ਜ਼ਮੀਨ ਜਿਹੜੀ ਹੈ ਅਸੀਂ ਛੱਡਣ ਲੱਗੇ ਕਿੰਨੀ ਤਕਲੀਫ ਚ ਹੁੰਨੇ ਆ ਕਿੰਨਾ ਕੋ ਨੂੰ ਅਸੀਂ ਪਰੇਸ਼ਾਨ ਹੁੰਨੇ ਆ ਕਿੰਨੇ ਇੱਕ ਪ੍ਰੋਟੈਸਟ ਕਰਦੇ ਆ ਯਕੀਨ ਕਰੋ ਕਿ 4 500 ਏਕੜ ਅਸੀਂ ਇਕੱਠੀ ਕੀਤੀ ਇੱਕ ਵੀ ਪਾਕਿਸਤਾਨੀ ਨੇ ਇਹਦੇ ਤੇ ਇحتਜਾਜ ਨਹੀਂ ਕੀਤਾ ਕਿ ਅਸੀਂ ਜਗਾ ਕੀਆ ਸਿੱਖ ਭਰਾਵਾਂ ਵਾਸਤੇ ਦੇ ਰਹੇ ਇਹ ਸ਼ੋਅ ਕਰਦੀ ਹੈ ਗੱਲ ਉਸ ਤੋਂ ਇਲਾਵਾ ਬਹੁਤ ਸਾਰੇ ਇਸ਼ੂ ਸੰਨਕਾਨਾ ਦੇ ਵਿੱਚ 550ਵੀਂ ਸਾਲਗिरा ਸੀ ਉਤ ਨਨਕਾਨੇ ਦੀ ਸਫਾਈ ਦਾ ਮਸਲਾ ਸੀ ਨਨਕਾਨੇ ਦੀਆਂ ਸੜਕਾਂ ਨੂੰ ਅਸੀਂ ਬਿਹਤਰ ਬਣਾਉਣਾ ਚਾਹੁੰਦੇ ਸੀ ਨਨਕਾਨੇ ਨੂੰ ਸਜਾਣਾ ਚਾਹੁੰਦੇ ਸੀ ਫਿਰ ਉਹਨਾਂ ਨੇ ਦੱਸਿਆ ਸਾਨੂੰ ਕਿ ਜਦੋਂ ਸਟੇਲਵੇ ਸਟੇਸ਼ਨ ਤੋਂ ਸਾਡੇ ਸਿੱਖ ਯਾਤਰੀ ਨਨਕਾਨਾ ਸਾਹਿਬ ਜਾਂਦੇ ਨੇ ਤੇ ਉੱਥੇ ਰਸਤੇ ਦੇ ਵਿੱਚ ਛੋਟੀਆਂ-ਛੋਟੀਆਂ ਗਲੀਆਂ ਦੇ ਵਿੱਚ ਉਹਨੂੰ ਬੜਾ ਪ੍ਰੋਬਲਮ ਆ ਤੋ ਅਸੀਂ ਫੌਰਨ ਸਰਵੇ ਕਰਕੇ ਲਾਹੌਰ ਤੋਂ ਆਪਣਾ ਜਿਹੜਾ ਸਟੇਸ਼ਨ ਹੈ ਨਨਕਾਨੇ ਦਾ ਡਾਇਰੈਕਟ ਕੋਰੀਡੋਰ ਬਣਾਤਾ ਤਾਂਕਿ ਉਹ ਸਿੱਧੇ ਪੈਦਲ ਕਰਕੇ ਸਿੱਧੇ ਉਹ ਨਨਕਾਨਾ ਸਾਹਿਬ ਚਲੇ ਜਾਣ ਤੇ ਮੈਂ ਇੰਤਜ਼ਾਮਾਤ ਦੇਖਣ ਵਾਸਤੇ ਇੱਕ ਦਿਨ ਉੱਥੇ ਗਿਆ ਉਦੋਂ ਮੇਰਾ ਖਿਆਲ ਹੈ ਸਿਰਫ 2 ਮਹੀਨੇ ਰਹਿੰਦੇ ਸੀ ਬਾਬਾ ਗੁਰੂ ਨਾਨਕ ਜੀ ਦੀ ਐਨੀਵਰਸਰੀ ਨੂੰ ਤੇ ਸਾਡਾ ਟਾਰਗੇਟ ਸੀ ਕਿ 30 ਡੇਜ਼ ਐਨੀਵਰਸਰੀ ਤੋਂ ਪਹਿਲਾਂ ਸਾਰੀਆਂ ਅਰੇਂਜਮੈਂਟਸ ਜਿਹੜੀਆਂ ਹੈਗੀਆਂ ਕੰਪਲੀਟ ਹੋ ਜਾਣ ਔਰ ਇੱਕ ਚੀਜ਼ ਮੈਂ ਵੇਖੀ ਕਿ ਉਹਦੇ ਵਿੱਚ ਖੰਭੇ ਲੱਗੇ ਨੇ ਤੇ ਤਾਰਾਂ ਲਟਕ ਰਹੀਆਂ ਨੇ ਤੇ ਮੈਂ ਉਹ ਮੇਰੇ ਨਾਲ ਜਿਹੜੇ ਡਿਪਟੀ ਕਮਿਸ਼ਨਰ ਸਾਹਿਬ ਸਨ ਤੇ ਡੀਪੀਓ ਸਾਹਿਬ ਮੈਨੇ ਕਹਾ ਵੀ ਇਹ ਕਿਸੇ ਮਸਜਿਦ ਦੇ ਵਿੱਚ ਜਾਂ ਮੰਦਿਰ ਦੇ ਵਿੱਚ ਇਹ ਜਿਹੜਾ ਜਿਹੜਾ ਨੰਗਣਾ ਪੋਲ ਏਡੇ ਵੱਡੇ ਵੱਡੇ ਲੱਗੇ ਆ ਇਹ ਖੂਬਸੂਰਤੀ ਨਹੀਂ ਬੁਰੇ ਲੱਗਦੇ ਨੇ ਔਰ ਅਸੀਂ ਸਾਰੇ ਸ਼ਹਿਰ ਨੂੰ ਖੂਬਸੂਰਤ ਬਣਾ ਰਹੇ ਆ ਤੇ ਇੱਥੇ ਲੱਗੇ ਉਹਨਾਂ ਦਾ ਸਾਰ ਇਹ ਤਾਂ ਹੁਣ ਨਾ ਮੁਮਕਨ ਹੈ ਕਿ ਇੱਕ ਦੋ ਮਹੀਨਿਆਂ ਦੇ ਵਿੱਚ ਇਹਨਾਂ ਨੂੰ ਅੰਡਰਗਰਾਉਂਡ ਉਤਾਰਾ ਨੁਕਾਨਾ ਤੇ ਇਹ ਕਰਨਾ ਉਹ ਕਰਨਾ ਮੈਂ ਉਥੋਂ ਹੀ ਟੈਲੀਫੋਨ ਕੀਤਾ ਲੈਸ ਕੋ ਦੇ ਚੀਫ ਨੂੰ ਮੈਂ ਕਿਹਾ ਭਾਜੀ ਗੱਲ ਇਹ ਹੈ ਕਿ ਅਗਰ ਤੇ ਤੁਸੀਂ ਉਹਨੇ ਕਹ ਸਰ ਬਜਟ ਬਣਾਉਣ ਨੂੰ 6 ਮਹੀਨੇ ਲੱਗ ਜਾਂਦੇ ਆ ਮੈਂ ਕਹ ਇਹ ਬਜਟ ਦੀ ਫਿਕਰ ਨਾ ਕਰ ਇਹ ਕੰਮ ਜਿਹੜਾ ਹੈ ਇਹ 14 ਹਫ਼ਤਿਆਂ ਵਿੱਚ ਮੁਕੰਮਲ ਹੋਣਾ ਚਾਹੀਦਾ ਬਾਕੀ ਅਸੀਂ ਪੈਸੇ ਜਿੱਥੋਂ ਮਰਜ਼ੀ ਅਸੀਂ ਆਪ ਦੇ ਦੇ ਦਿਆਂਗੇ ਲੇਕਿਨ ਇਹ ਕੰਮ ਮੁਕੰਮਲ ਹੋਣਾ ਚਾਹੀਦਾ ਤੋਂ ਉਹ ਵੀ ਕੰਮ ਜਿਹੜਾ ਹੈਗਾ ਅਸੀਂ ਉਹ ਹੈਗਾ ਪੂਰਾ ਮੁਕੰਮਲ ਹੋਇਆ ਤੋਂ ਮੈਂ ਸਮਝਦਾ ਕਿ ਜਿਹੜੀ ਹੁਣ ਸਾਡੀ ਸਾਂਝ ਬਣੀ ਹੈ ਜਿਹੜੀ ਸਾਡੀ ਦੋਸਤੀ ਆ ਇਨਸ਼ਾਅੱਲਾ ਇਹ ਹਮੇਸ਼ਾ ਰਹੇਗੀ ਔਰ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ ਕਿ ਮੈਂ 21 ਤਾਰੀਖ ਨੂੰ ਡਾਲਸ ਪਹੁੰਚਿਆ ਸੀ ਤੇ ਹੁਣ ਤਕਰੀਬਨ 10-11 ਦਿਨ ਹੋ ਗਏ ਨੇ ਤੇ ਕੱਲ ਮੇਰੀ ਵਾਪਸੀ ਹੈ ਤੇ ਮੈਂ ਅਗਰ ਕਾਊਂਟ ਕਰਾਂ ਨੰਬਰ ਤੇ ਮੈਂ ਸਿੱਖ ਕਮਿਊਨਿਟੀ ਦੇ ਜ਼ਿਆਦਾ ਲੋਕਾਂ ਨੂੰ ਮਿਲਿਆ ਤੇ ਪਾਕਿਸਤਾਨੀਆਂ ਨੂੰ ਘੱਟ ਮਿਲਿਆ ਹੈਗਾ ਮਤਲਬ ਮੈਂ ਗੁਰਦੁਆਰਿਆਂ 'ਚ ਵੀ ਗਿਆ ਔਰ ਕੋਈ ਫੰਕਸ਼ਨ ਮੇਰਾ ਮੇਰਾ ਖਿਆਲ ਨਹੀਂ ਹੈਗਾ ਜਿੱਥੇ ਸਿੱਖ ਕਮਿਊਨਿਟੀ ਦੇ ਲੀਡਰ ਜਿਹੜੇ ਹੈਗੇ ਨੇ ਪਾਕਿਸਤਾਨੀਆਂ ਨੇ ਫੰਕਸ਼ਨ ਕੀਤਾ ਹੋਵੇ ਉੱਥੇ ਸਿੱਖ ਕਮਿਊਨਿਟੀ ਦੇ ਲੀਡਰ ਨਾ ਹੋਣ ਡਾਕਟਰ ਆਸਫ ਸਾਹਿਬ ਦਾ ਫੰਕਸ਼ਨ ਸੀ ਉੱਥੇ ਵੀ ਸਾਡੇ ਸਿੱਖ ਕਮਿਊਨਿਟੀ ਦੇ ਲੀਡਰ ਸਨ ਔਰ ਇਹ ਗੱਲ ਦੀ ਮੈਨੂੰ ਬੜੀ ਖੁਸ਼ੀ ਆ ਡਾਕਟਰ ਆਸਫ ਦੇ ਬਾਰੇ ਦੇ ਦੇਖ ਕੇ ਕਿ ਇਹ ਇਕੁਅਲੀ ਰਿਸਪੈਕਟਡ ਨੇ ਸਿੱਖ ਕਮਿਊਨਿਟੀ ਹੋਵੇ ਪਾਕਿਸਤਾਨੀ ਕਮਿਊਨਿਟੀ ਹੋਵੇ ਏਸ਼ੀਅਨ ਕਮਿਊਨਿਟੀ ਹੋਵੇ ਬਾਕੀ ਇੱਥੇ ਦੀ ਲੋਕਲ ਕਮਿਊਨਿਟੀ ਹੋਵੇ ਲੋਕਲ ਪੋਲੀਟੀਸ਼ੀਅਨ ਹੋਣ ਉਹਨਾਂ ਦੇ ਨਾਲ ਇੱਕ ਇਹਨਾਂ ਨੇ ਬੜਾ ਚੰਗਾ ਰਿਸ਼ਤਾ ਬਣਾਇਆ ਹੈਗਾ ਜਿਹੜਾ ਕਿ ਮੈਂ ਸਮਝਦਾ ਕਿ ਡਾਕਟਰ ਆਸਫ ਵੈਲ ਡਨ ਔਰ ਇਹੀ ਲੀਡਰ ਦੀ ਪਹਿਚਾਨ ਹੁੰਦੀ ਹੈ ਕਿ ਉਹ ਸਾਰੀਆਂ ਕਮਿਊਨਟੀਆਂ ਨੂੰ ਨਾਲ ਲੈ ਕੇ ਚੱਲਦਾ ਹੈ ਔਰ ਮੈਂ ਆਪਣੇ ਕੌਂਸਲ ਜਨਰਲ ਦਾ ਵੀ ਅਗਰ ਸ਼ੁਕਰੀਆ ਨਾ ਅਦਾ ਕਰਾਂ ਔਰ ਮੈਂ ਇਹ ਬਿਲਕੁਲ ਇਮਾਨਦਾਰੀ ਨਾਲ ਕਹਿਣਾ ਕਿ ਮੈਂ ਦੁਨੀਆ ਦੇ ਸਾਰੇ ਮੁਲਕਾਂ ਜਾਣਾ ਹੈ ਲੇਕਿਨ ਜੋ ਫੀਡਬੈਕ ਮੈਨੂੰ ਸਾਡੇ ਹਿਸ ਐਕਸਲੈਂਸੀ ਐਮਬੈਸਡਰ ਡਾਕਟਰ ਅਸਦ ਖਾਨ ਸਾਹਿਬ ਔਰ ਫਿਰ ਉਸ ਤੋਂ ਬਾਅਦ ਸਾਡੇ ਕੌਂਸਲ ਜਨਰਲ ਜਿੰਨੇ ਵੀ ਨੇ ਜਿਸ ਤਰੀਕੇ ਨਾਲ ਇਹ ਪਾਕਿਸਤਾਨੀਆਂ ਦੀ ਖਿਦਮਤ ਕਰ ਰਹੇ ਨੇ ਸਿੱਖ ਕਮਿਊਨਿਟੀ ਦੀ ਖਿਦਮਤ ਕਰ ਰਹੇ ਨੇ ਔਰ ਜਿਸ ਤਰੀਕੇ ਨਾਲ ਇਹ ਲੋਕਲ ਪੋਲੀਟੀਸ਼ੀਅਨ ਜਿਹੜੇ ਉਹਨਾਂ ਨਾਲ ਇੰਗੇਜ ਹੋ ਰਹੇ ਨੇ ਇਹ ਯਕੀਨੀ ਤੌਰ ਤੇ ਸਾਡੇ ਵਾਸਤੇ ਫੋਰਨ ਆਫਿਸ ਵਾਸਤੇ ਪਾਕਿਸਤਾਨ ਵਾਸਤੇ ਫਖਰ ਦੀ ਗੱਲ ਹੈ ਕਿ ਸਾਡੇ ਡਿਪਲੋਮੈਟਸ ਜਿਹੜੇ ਹੈਗੇ ਨੇ ਉਹ ਬਿਹਤਰੀਨ ਕੰਮ ਜਿਹੜਾ ਹੈਗਾ ਉਹ ਕਰ ਰਹੇ ਨੇ ਤੇ ਆਖਰ ਦੇ ਵਿੱਚ ਮੈਂ ਫਿਰ ਸਾਰਿਆਂ ਦਾ ਬਹੁਤ ਹੀ ਮਸ਼ਕੂਰ ਹੂੰ ਕਿ ਤੁਸੀਂ ਸਾਰਾ ਇੰਨਾ ਟਾਈਮ ਕੱਢਿਆ ਔਰ ਤੁਸੀਂ ਆਏ ਹੋ ਔਰ ਇੱਕ ਗੱਲ ਮੈਂ ਆਖਰੀ ਕਰਕੇ ਗੱਲ ਖਤਮ ਕਰੂੰਗਾ ਕਿ ਸਾਨੂੰ ਔਮਨ ਇਮਪਾਵਰਮੈਂਟ ਜਿਹੜੀ ਹੈ ਇਹਤੇ ਵੀ ਤਵੱਜੋ ਦੇਣੀ ਚਾਹੀਦੀ ਹੈ ਕਿਉਂਕਿ ਇਹ ਜਿਹੜੀ ਸਾਡੀ ਸੋਚ ਹੈਗੀ ਹੈ ਕਿ ਸ਼ਾਇਦ ਅਸੀਂ ਜਿਹੜੇ ਮਰਦ ਹਜ਼ਰਾਤ ਐ ਅਸੀਂ ਜ਼ਿਆਦਾ ਕੈਪੇਬਲ ਆ ਅਸੀਂ ਬਿਜ਼ਨਸ ਬਿਹਤਰ ਕਰ ਸਕਦੇ ਆ ਅਸੀਂ ਨਿਜ਼ਾਮ ਬਿਹਤਰ ਚਲਾ ਸਕਦੇ ਆ ਇਹ ਸੋਚ ਸਹੀ ਨਹੀਂ ਹੈਗੀ ਅਸਲ ਗੱਲ ਇਹ ਹੈ ਕਿ ਖੁਆਤਿਨ ਵੀ ਬਲਕਿ ਮੈਂ ਤੇ ਕਹਾਂਗਾ ਕਿ ਜਦੋਂ ਤੁਸੀਂ ਹੁਣ ਆਪਣੇ ਨੁਮਾਇੰਦੇ ਭੇਜਣੇ ਆ ਸੈਨੇਟ ਭੇਜਣੇ ਆ ਲੋਕਲ ਗਵਰਨਮੈਂਟ ਭੇਜਣੇ ਆ ਕੋਸ਼ਿਸ਼ ਕਰੋ ਕਿ ਜਿਹੜੀਆਂ ਸਾਡੀਆਂ ਬੇਟੀਆਂ ਬ੍ਰਾਈਟ ਹੈਗੀਆਂ ਨੇ ਚਾਹੇ ਮੁਸਲਮ ਕਮਿਊਨਿਟੀ ਚੋਂ ਨੇ ਸਿੱਖ ਕਮਿਊਨਿਟੀ ਚੋਂ ਨੇ ਉਹਨਾਂ ਨੂੰ ਪ੍ਰਮੋਟ ਵੀ ਕਰੋ ਉਹਨਾਂ ਨੂੰ ਅੱਗੇ ਵੀ ਲੈ ਕੇ ਜਾਓ ਔਰ ਤੁਸੀਂ ਯਕੀਨ ਮੰਨੋ ਕਿ ਬਿਹਤਰੀਨ ਲੀਡਰ ਹੋ ਸਾਬਤ ਹੁੰਦੀ ਹੈ ਔਰ ਮੈਂ ਤੁਹਾਨੂੰ ਆਪਣੇ ਤਜਰਬੇ ਨਾਲ ਦੱਸਦਾ ਕਿ 2016 ਦੇ ਵਿੱਚ ਮੈਂ ਬਹੁਤ ਜ਼ਿਆਦਾ ਮਸਰੂਫ ਸੀ ਪੀਟੀਆਈ ਦੇ ਵਿੱਚ ਜਾਣਨਾ ਤੇ ਮੇਰੇ ਕੋਲ ਟਾਈਮ ਜਿਹੜਾ ਸੀ ਉਹ ਨਾ ਘਰ ਦੇ ਵਾਸਤੇ ਦੇਣ ਨੂੰ ਸੀ ਨਾ ਚਾਟੀ ਵਾਸਤੇ ਦੇਣ ਨੂੰ ਸੀ ਫਿਰ ਰੋਜ਼ ਜਲਸੇ ਜਲੂਸ ਬਾ ਮਤਲਬ ਬਸ ਰੁੱਫੀ ਸੀ ਤੇ ਉਹ ਮੈਂ ਆਪਣਾ ਜਿਹੜਾ ਵੀ ਚਾਟੀ ਦਾ ਵਰਕ ਸੀ بیگم ਸਾਬਾ ਨੂੰ ਹਵਾਲੇ ਕਰਤਾ 2016 ਦੇ ਵਿੱਚ ਤੇ ਉਸ ਤੋਂ ਪਹਿਲਾਂ ਮੈਂ ਯਕੀਨ ਕਰੋ ਕਿ ਹਰ ਹੈ ਮੇਰੇ ਅਕਾਊਂਟੈਂਟ ਇੱਥੇ ਬੈਠੇ ਨੇ ਜੁਨੈਦ ਸੁਭਾਨੀ ਸਾਹਿਬ ਉਹ ਹਰ ਵੇਲੇ ਤੁਹਾਨੂੰ ਪਤਾ ਜਦੋਂ ਚਾਟੀ ਦਾ ਕੰਮ ਕਰਨਾ ਹੈ ਤੇ ਕਦੀ ਡਾਕਟਰ ਦੀ ਫੀਸ ਆ ਗਈ ਕਦੀ ਜੀ ਮਸ਼ੀਨ ਟੁੱਟ ਗਈ ਕਦੀ ਉਹ ਹੋ ਗਿਆ ਤੋਂ ਹਰ ਵੇਲੇ ਪੈਸੇ ਦੀ ਲੋੜ ਰਹਿੰਦੀ ਆ ਉਹ ਫਿਰ ਕਦੀ ਕਿਸੇ ਨੂੰ ਫੋਨ ਕਰਨਾ ਕਦੀ ਉੱਥੇ ਸਕਾਟਲੈਂਡ ਫੋਨ ਕਰਨਾ ਯਾਰੋ 5000 ਪਾਉਂਡ ਚਾਰਠੀ ਨੂੰ ਦਿਓ ਕਦੀ ਬੇਟੇ ਨੂੰ ਫੋਨ ਕਰਨਾ ਪੁੱਤਰ ਨੂੰ ਮੇਰੇ ਕੋਲ ਟਾਈਮ ਨਹੀਂ ਹੈਗਾ ਕਿਸੇ ਨੂੰ ਫੋਨ ਕਰਨ ਦਾ ਤੇ ਹੁਣ ਤੂੰ ਆਪਣੇ ਪੈਸੇ ਜਿਹੜੇ ਹੈਗੇ ਨੇ ਉੱਥੇ ਸਰਵਰ ਫਾਊਂਡੇਸ਼ਨ ਰੱਖ ਦੇ ਤੇ 2016 ਦੇ ਵਿੱਚ ਮੈਂ ਮੈਡਮ ਨੂੰ ਚਾਰਜ ਦਿੱਤਾ ਹੈ ਯਕੀਨ ਕਰੋ ਕਿ ਮੈਨੂੰ ਪਿਛਲੇ 5 ਸਾਲਾਂ ਵਿੱਚ ਕਿਸੇ ਨੂੰ ਪੈਸੇ ਵਾਸਤੇ ਟੈਲੀਫੋਨ ਕਰਨ ਦੀ ਲੋੜ ਨਹੀਂ ਪਈ ਉਹ ਇਹ ਜਾਣਣੀ ਔਰ ਉਹ ਮੇਰੇ ਨਾਲੋਂ 6 ਗੁਣਾ ਬਿਹਤਰ ਵੀ ਚਲਾ ਰਹੇ ਨੇ ਈਵਨ ਮੈਂ ਜਦੋਂ ਹਸਪਤਾਲ ਜਾਂਦਾ ਮੈਂ ਦੇਖਦਾ ਕਿ ਮਰੀਜ਼ ਸਫਾਈ ਡਿਸਪਲਿਨ ਉਹ ਮੱਚ ਬੈਟਰ ਵੈਨ ਆਈ ਵਾਸ ਮੈਨ। ਸੋ ਇੱਕ ਤੇ ਮੈਨੂੰ ਫਾਇਦਾ ਹੋਇਆ ਕਿ ਲੋਕਾਂ ਕੋ ਪੈਸੇ ਨਹੀਂ ਮੰਗੇ ਇੱਕ ਹੋਰ ਵੀ ਬੜਾ ਵੱਡਾ ਫਾਇਦਾ ਹੋਇਆ ਮੈਂ ਤੁਹਾਨੂੰ ਇਹ ਵੀ ਸ਼ੇਅਰ ਕਰਨਾ ਚਾਹੁੰਦਾ। ਇਹ ਉਹ ਵੱਡਾ ਸਭ ਤੋਂ ਵੱਡਾ ਫਾਇਦਾ ਮੈਨੂੰ ਇਹ ਹੋਇਆ ਕਿ ਘਰ 'ਚ ਲੜਾਈ ਬਿਲਕੁਲ ਮੁੱਕ ਗਈ। ਇਸ ਵਾਸਤੇ ਕਿ ਹੁਣ ਉਹ ਜਦੋਂ ਸਾਰਾ ਦਿਨ ਮੈਡੀਕਲ ਕੈਂਪ ਵਿੱਚ ਬੇਗਮ ਸਾਹਾ ਆਂਦੇ ਨੇ ਜਦੋਂ ਤੁਹਾਨੂੰ ਪਤਾ ਮਰਦਾਂ ਦੇ ਵਾਸਤੇ ਲੇਡੀਜ਼ ਦੀ ਵੱਡੀ ਕੰਪਲੇਂਟ ਏ ਕੀ ਹੈ ਕਿ ਜਦੋਂ ਤੁਸੀਂ ਦੋਸਤਾਂ 'ਚ ਬੈਠੇ ਹੁੰਦੇ ਹੋ ਤੁਹਾਡੀਆਂ ਗੱਲਾਂ ਹੀ ਨਹੀਂ ਮੁੱਕਦੀਆਂ ਤੁਸੀਂ ਲੰਮੇ-ਲੰਮੇ ਲੈ ਕੇ ਲਾਉਂਦੇ ਹੋ ਤੇ ਜਦੋਂ ਘਰ ਆਂਦੇ ਹੋ ਉਦੋਂ ਫਿਰ ਤੁਹਾਨੂੰ ਗੱਲ ਹੀ ਨਹੀਂ ਕੋਲਬਦੀ ਕਰਨ ਨੂੰ ਉਹ ਹੁਣ ਉਹਨਾਂ ਨੂੰ ਦੱਸੀਦਾ ਬਈ ਉਹ ਸਾਰੇ ਦਿਨ ਥੱਕੇ ਹੁੰਦੇ ਆ ਸਾਰਾ ਦਿਨ ਲੋਕਾਂ ਦੇ ਨਾਲ ਡੀਲ ਕਰ ਕਰਕੇ ਤੇ ਘਰ ਆਣਿਆ ਤੇ ਫਿਰ ਵਾਕਈ ਥੋੜਾ ਜਿਹਾ ਹੋ ਜਾਂਦਾ ਮਰਦ ਅਜ਼ਰਾਤ ਦਾ ਤੇ ਹੁਣ ਮੈਨੂੰ ਇਹ ਫਾਇਦਾ ਕਿ ਇਹ ਮੈਨੋਂ ਵੀ ਜ਼ਿਆਦਾ ਥੱਕੀ ਹੁੰਦੀ ਏ ਤੇ ਫਿਰ ਇਸ ਵਾਸਤੇ ਕੋਈ ਇਸ ਵਾਸਤੇ ਲੜਾਈ ਛੜਾਈ ਜੜੀ ਏ ਹੁਣ ਮੋਗ ਗਈ ਇਹ ਬੜਾ ਅਮਨ ਹੈ ਮੈਨੂੰ ਮੈਂ ਸੋਚਦਾ ਕਿ ਬਹੁਤ ਪਹਿਲਾਂ ਕਿਉਂ ਨਹੀਂ ਇਸ ਕੰਮ ਤੇ ਨੂੰ ਲਾਤਾ ਤੇ ਬਹੁਤ ਬਹੁਤ ਸ਼ੁਕਰੀਆ ਮਹਾਰਾਜ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇਹ ਮੁਹੱਬਤਾਂ ਜਿਹੜੀਆਂ ਹੈਗੀਆਂ ਹੁਣ ਹਮੇਸ਼ਾ ਚਲਦੀਆਂ ਰਹਣਦੀਆਂ ਮਿਹਰਬਾਨ ਸੋ ਊਮਨ ਇੰਪਾਵਰਮੈਂਟ ਦੀ ਗੱਲ ਕਰਨ ਦੇ ਆ ਬਿਲਕੁਲ ਸਹੀ ਗੱਲ ਆ ਕਿ ਮੈਂ ਸਾਡੇ ਵੀ ਇਹੀ ਰੋਲਾ ਚੱਲਦਾ ਸੀਗਾ ਪਹਿਲਾਂ ਵੀ ਕਿੱਥੇ ਰਹਿੰਦੇ ਜੇ ਕੀ ਕਰਦੇ ਜੇ ਕਦੇ ਆਉਂਦੇ ਨਹੀਂ ਵੀਕਐਂਡ ਤੇ ਨਹੀਂ ਤੇ ਉਹ ਮੈਂ ਤੇ ਬਿਕਰਮ ਨੇ ਇਹੋ ਫੈਸਲਾ ਕੀਤਾ ਕਿ ਨਾਲ ਹੀ ਕੰਮ ਤੇ ਲਾ ਲਿਆ ਹਾਂ ਮਤਲਬ ਉਹ ਇੱਥੇ ਬੈਠੇ ਨੇ ਨਾਲ ਮੇਰੇ ਵਾਈਫ ਗੁਰਪ੍ਰੀਤ ਕੌਰ ਤੇ ਸਾਡੇ ਨਾਲ ਉਹ ਜ਼ਿਆਦਾ ਕੰਮ ਕਰਦੇ ਨੇ ਤੇ ਬਿਲਕੁਲ ਸਾਨੂੰ ਇੱਕ ਵੀ ਜਿਹੜੀ ਕੋਸ਼ਿੰਗ ਘਰ ਜਾ ਕੇ ਗੱਲ ਦਾ ਜਵਾਬ ਨਹੀਂ ਦੇਣਾ ਪੈਂਦਾ ਤਕਰੀਬਨ ਮਸਲੇ ਹੱਲ ਹੋ ਗਏ ਸਾਡੇ ਦੋਵਾਂ ਦੇ ਸੋ ਊਮ ਵੂਮਨ ਏਮਪਾਵਰਮੈਂਟ ਦੀ ਗੱਲ ਕਰ ਰਹੇ ਆ ਮੈਂ ਚਾਹੂਗਾ ਕਿ ਹਰਬੀਰ ਪਾਟਿਆ ਜਿਹੜੇ ਕੀ ਸਿੱਖ ਲੀਡਰ ਨੇ ਇਹਨਾਂ ਨੇ ਸੈਂਟਾ ਕਲਰਾ ਕਾਉਂਟੀ ਨੂੰ ਰਿਪਰੈਜ਼ੈਂਟ ਕਰਦੇ ਆ ਉਥੋਂ ਚੋਣ ਵੀ ਲੜੀ ਆ ਸੋ ਮੈਂ ਚਾਹੁੰਨਾ ਕਿ 2 ਮਿੰਟ ਜ਼ਰੂਰ ਸਟੇਜ ਦੇ ਉੱਤੇ ਆ ਕੇ ਆਪਣੇ ਜਿਹੜੇ ਵਿਚਾਰ ਆ ਸ਼ੇਅਰ ਕਰਨ ਜੋ ਤੁਸੀਂ ਸਾਰੇ ਗੱਲਾਂ ਸੁਣੀਆਂ ਨੇ ਯੂ ਨੋ ਆਈ ਕੈਨ ਬੀ ਅ ਲਿਵਿੰਗ ਪ੍ਰੂਫ ਕਿ ਉਹ ਸਾਰੇ ਸੱਚ ਨੇ ਸੋ ਮੈਂ ਹੁਣ 3 ਸਾਲਾਂ ਜਾਂ 4 ਸਾਲਾਂ ਵਿੱਚ 5 ਵਾਰੀ ਜਾ ਚੁੱਕਿਆ ਹਾਂ ਔਰ ਮੈਂ ਇਸ ਲਈ ਕਹਿ ਰਹੀ ਆ ਕਿਉਂਕਿ ਲੇਡੀ ਹੋ ਕੇ ਜਾਂ ਗਰਲ ਹੋ ਕੇ ਯੂ نو ਸਾਰੇ ਸੋਚਦ ਨੇ ਕਿ ਆ ਗਲ ਪਤ ਨਹੀਂ ਠੀਕ ਹੈ ਜਾਂ ਨਹੀਂ ਮੇਰੇ Papa Mummy ਮੈਨੂੰ ਕਹਿੰਦੇ ਸੀ ਕਿ ਚੇਪੇੜਾਂ ਲੱਗਣਗੀ ਇਨ ਕੇਸ ਯੂ ਗੋ ਪਹਿਲੀ ਵਾਰੀ ਠੀਕ ਹੈ ਬਟ देन आई स्टिल ਵੈਂਟ ਦ ਪੁਆਇੰਟ ਇਜ਼ ਓਰ ਸਾਡੀ ਹੈਰਟੇਜ ਹੈ ਕੀ ਹੈ ਰਾਈਟ ਔ ਸਭ ਤੋਂ ਅਮੀ ਸਾਡੀ ਸਿੱਖੀ ਤਾਂ ਸ਼ੁਰੂਆਤ ਉਥੋਂ ਹੀ ਹੈ ਪਰ ਬਿਫੋਰ ਪਾਰਟੀਸ਼ਨ ਪੰਜਾਬਿਕ ਸੀ ਜਿਸ ਤਰ੍ਹਾਂ ਤੁਸੀਂ ਸਾਰੇ ਕਹਿ ਰਹੇ ਹੋ ਅਨ ਮੈਂ ਤੁਹਾਨੂੰ ਦੱਸਣਾ ਚਾਹਦੀ ਸੀ ਕਿ ਕੈਲੀਫੋਰਨੀਆ ਦੀ ਜੋ ਐਗਰੀਕਲਚਰ ਇੰਡਸਟਰੀ ਹੈਗੀ ਹੈ ਉਹ ਪੰਜਾਬੀਆਂ ਤੋਂ ਹੀ ਬਣੀ ਹੈ ਆਈ ਡੋਨਟ ਨੋ ਇਫ ਮੋਸਟ ਆਫ ਯੂ ਨੋ ਕਿ ਜੋ ਇਰੀਗੇਸ਼ਨ ਕਨੈਲਸ ਕੈਲੀਫੋਰਨੀਆ ਦੇ ਨੇ ਦੇ ਵਰ ਮੇਡ ਬਾਈ ਪੰਜਾਬੀਜ਼ ਇਹ ਬਹੁਤ ਹੀ ਵੱਡੀ ਚੀਜ਼ ਹੈ ਬਹੁਤ ਪ੍ਰਾਈਡ ਵਾਲੀ ਚੀਜ਼ ਹੈ ਸਾਰੇ ਸੋਚਦੇ ਨੇ ਕਿ ਅਸੀਂ ਫਾਰਮਿੰਗ ਇਚ ਕਰਦੇ ਆਂ ਹਾਂ ਅਸੀਂ ਫਾਰਮਿੰਗ ਕਰਦੇ ਆਂ ਬਟ ਜੋ ਦੂਸਰੇ ਫਾਰਮਿੰਗ ਕਰਦੇ ਹਨ ਦੇ ਕੂਡਨਟ ਫਾਰਮ if punjab did not bring its irrigation model to us because unar land jis tarah tusi see um, central valley jandeo the water didn't reach so unar design kita si ohna ne innovate kita si aur hun assi tracking vich puri hai ge main ohna mainu unni khush hondi je so main dekhte in, prava inne successful hunde ne aur itthe main kinne apne prava nu jandi ha which is very nice but i want to come back to that ye unity bahut important hai assi pulni nahi hai ge jo politics ch honda hai ho honda hai पर assi apne side ton zarur koshish karni chahidi hai ki kari jao eh bridges nu build karke aur rakho so main actually technology chha gaya mera background technology chha gaya but i started something called ikunkar bridges aur is in this mindset mera aur main pyarna servers aap nu server anko kendiyan un un di wife nu aap a kendiyan main utthe jaan di apna ghar samajh ke jaan diyan unhan de staff hage ne itthe kya vi sakde ne hak nal andar jae jaan di hak nal gallan kardiyan because ਔਰ ਮੈਨੂੰ ਲੱਗਦਾ ਕਿ ਉਹ ਵੀ ਸਾਡੇ ਲੋਗ ਨੇ ਅਸੀਂ ਅਮਰੀਕਾ ਚਲੇ ਗਏ ਜਾਂ ਇੰਡੀਆ ਚਲੇ ਗਏ ਜਾਂ ਕੈਨੇਡਾ ਚਲੇ ਗਏ ਔਰ ਜੋ ਸੁਣ ਰਹੇ ਨੇ ਮੈਂ ਤੁਹਾਨੂੰ ਦੱਸ ਰਹੀਆਂ ਉਹ ਸਾਡੇ ਲੋਗ ਉੱਥੇ ਰਹਿ ਰਹੇ ਨੇ ਹਾਲੇ ਤੱਕ ਉਹ ਆਪਣੇ ਲੋਗ ਨੇ ਆਪਣੇ ਆਪਣੇ ਫੈਮਲੀ ਆਪਣੇ ਜਾਂ ਮੁਸਲਮ ਹੋਣ ਜਾਂ ਸਿੱਖ ਹੋਣ ਜਾਂ Hindu ਹੋਣ ਜਾਂ Christian ਹੋ ਉਹ ਸਾਡੇ ਸੇਮ ਪੀਪਲ ਹੈਗੇ ਨੇ ਉਹ ਸਾਡੀ ਰਿਸਪੌਂਸਿਬਿਲਟੀ ਹੈਗੀ ਹੈ ਪੋਲੀਟਿਸ਼ੀਅਨਸ ਆਣ ਜਾਂ ਜਾਣ ਪਰ ਉਹ ਲੋਗ ਸਾਡੇ ਹੀ ਨੇ ਇਹ ਬਹੁਤ ਹੀ ਵੱਡੀ ਗੱਲ ਹੈ ਸੋ ਅ ਪਹਿਲੀ ਆਈ ਥਿੰਕ 2019 ਇਹਨਾਂ ਨੇ ਫਰਸਟ ਸਿੱਖ ਇੰਟਰਨੈਸ਼ਨਲ ਕਾਨਫਰੰਸ ਕੀਤੀ ਸੀ ਉਹਨਾਂ ਨੇ ਉੱਥੇ ਬੁਲਾਏ ਗਏ ਸੀ ਸੋ ਆਈ ਡਿਡਨਟ ਨੋ ਵਟ ਟੂ 익ਸਪੈਕਟ ਮੈਨੂੰ ਪਤਾ ਨਹੀਂ ਸੀ ਕਿ ਆਪਾਂ ਗੱਲਾਂ ਕਰਾਂਗੇ ਕੁਝ ਕੰਮ ਵੀ ਕਰਾਂਗੇ ਉਹ ਨਾਲ ਨਾਲ ਉੱਥੇ ਥੋੜਾ ਕੁਝ ਡਰਾਮਾ ਵੀ ਚੱਲ ਰਿਹਾ ਸੀ ਕੁੜੀ ਨਾਲ ਉਹ ਬਾਰ डिफरेंट ਨਿਊਜ਼ ਆਈ ਜਾ ਰਹੀ ਸੀ ਕਿ ਆ ਕੁਝ ਫੋਰਸ ਹੋਇਆ ਹੈ ਕੁਝ ਹੋਇਆ ਇਸ ਤਰ੍ਹਾਂ ਦੀਆਂ ਗੱਲਾਂ ਫਿਰ ਅੰਕਲ ਨੇ ਕਿਹਾ ਕਿ ਹਰਬੀਰ ਤੂੰ ਜਾ ਕੇ ਉਸ ਨਾਲ ਗੱਲ ਕਰ ਤੂੰ ਸਾਨੂੰ ਦੱਸ ਕਿ ਤੈਨੂੰ ਕੀ ਲੱਗਦਾ ਹੈ ਐ ਸੱਚ ਹੈ ਕਿ ਗਲਤ ਹੈ ਮੈਂ ਕਿਹਾ ਠੀਕ ਹੈ ਤਾਂ ਮੈਂ ਗਈ। ਔਰ ਦੀ um ਇੰਪੋਰਟੈਂਸ ਜੋ ਇਸ ਚੀਜ਼ ਨੂੰ ਦਿੱਤੀ ਗਈ ਸੀ ਵਾਸ दैट ਕਿ ਮੈਨੂੰ ਕਿਹਾ ਗਿਆ ਕਿ that is more important right now ਅਸੀਂ ਇਹ ਚੀਜ਼ਾਂ ਤੇ ਫੋਕਸ ਕਰਾਂਗੇ। ਸੋ ਹਰ ਸ਼ਾਮ ਨੂੰ ਅਸੀਂ 10 ਜਾਂ 11 ਵਜੇ 12 ਵਜੇ ਰਾਤ ਤੱਕ ਸਾਰੇ ਮਿਲ ਕੇ ਜੋ ਆਇਓ ਨੇ ਪਾਰਟ ਹੋ ਅਸੀਂ ਵੈਲਿਊਏਟ ਕਰਦੇ ਸੀ ਕਿ ਅਸੀਂ ਕਿਸ ਤਰ੍ਹਾਂ ਫਿਕਸ ਕਰ ਸਕਾਂ ਕਿ ਫਰਸਟ ਇਨਫੋਰਮੇਸ਼ਨ ਸਹੀ ਆਣੀ ਚਾਹੀਦੀ ਹੈ। ਸੈਕੰਡ ਕਿ ਕਿਸ ਤਰ੍ਹਾਂ ਲੇਡੀਜ਼ ਨੂੰ ਇੰਪਾਰਾ ਕਰਨਾ ਚਾਹੀਦਾ ਸੋ ਦੇ ਡੋਨਟ ਫੀਲ कि दे हैव टू डू समथिंग दैट इज यू नो नो चॉइस और दैट दे हैव चॉइसेस सो मैं अपने आप देखी ये चीज और दूसरी चीज इंटरफेथ के बारे सो उस तो बाद उन्होंने डिसाइड कीता कि assi interface council बनावांगे जिस दे विच कदी भी कोई ऐसा नहीं गल होए वो इंटरफेथ काउंसिल तोस लेके जा सकदे हो नाउ इट इज नॉट परफेक्ट आई एम नॉट हियर टू सिट हियर बटर अप द फैमिली ओके बट द पॉइंट इज इट्स अ स्टार्ट ਔਰ ਪੱਟੀ ਸਾਹਿਬ ਕਹਿੰਦੇ ਸੀ ਕਿ ਚੱਲਾਂਗੇ ਤਾਂ ਪਹੁੰਚਾਂਗੇ ਰਾਈਟ ਤਾਂ ਇਹ ਗੱਡੀ ਚੱਲ ਚੁੱਕੀ ਹੈ ਹੁਣ ਸਾਡੀ ਵੀ ਰਿਸਪੌਂਸਿਬਿਲਟੀ ਹੈਗੀ ਹੈ ਕਿ ਅਸੀਂ ਵੀ ਇਸ ਨੂੰ ਪੁਸ਼ ਕਰੀਏ ਦੂਸਰੀ ਚੀਜ਼ ਜਦ ਕਰਦਾਰ ਜਿਸ ਕੋਰਡਰ ਖੁਲਿਆ ਮੈਨੂੰ ਇੰਨਾ ਅੱਛਾ ਲੱਗਿਆ ਮੈਂ ਅੱਗੇ ਬੈਠੀ ਹੋਈ ਸੀ ਨਾ ਤੇ ਨਾਲ ਸਾਰਿਆਂ ਨਾਲ ਕਿ ਜੋ ਪ੍ਰਾਇੋਰਟੀ ਦਿੱਤੀ ਗਈ ਕਿੰਨੇ ਲੋਕ ਪ੍ਰਾਊਡਲੀ ਕਹਿ ਰਹੇ ਸੀ ਕਿ ਹਾਂਜੀ ਤੁਸੀਂ ਆਓ ਸਾਡੇ ਸਾਈਡ ਤੇ ਆਓ ਪਾਕਿਸਤਾਨੀ ਜਾਂ ਇੰਡੀਅਨ ਪਰ ਆਪਣੇ ਲੋਕ ਸੀ ਦੇ ਸੈਡ ਯੂ نو ਵਟ we are so glad to be here and to, to observe history as har simran said we are making history and that day was history was made so i want to just be that living proof for you because i've gone so many times jo phone te tv te sun rahe ne tusin the sun rahe ho apni to dekhi ne and lady ho ke main because mainu sare parents tarah treat karde ne aur mainu hak na unna nu treat द फाइनल थिंग आई विल से इज दिस जत्तो सि ननकाना साहिब चलदे हो ना तो मैं ऊपर बैठी हुई सी आपा जी ने क्या कि तू तू ऊपर आ जा तो मैं ऊपर गई सो assi bar khade hoye si to main puchha main upar ja sakdi ha upar balcony te kehnde ha ha jao to main upar baithi si building top te right main sare dekh ri si sare log jo apna pray chal ri si inne log aaye hoye si to main socha ae to galiyan ne jithe guru nanak dev ji chalde si to ਮੈਨੂੰ ਗੁਰੂ ਨਾਨਕ ਦੇਵ ਜੀ ਉਹ ਨਾਲ ਚੱਲ ਰਹੇ ਨੇ ਪਰ ਆਈ ਏਮ ਸਟੈਂਡਿੰਗ ਔਨ ਹਿਸ ਧਰਤੀ ਜਿੱਥੇ ਮੈਂ ਚੱਲ ਰਹੀ ਆ ਮੇਰੇ ਪੈਰ ਨੇ ਉਹ ਉੱਥੇ ਆ ਚੁੱਕੇ ਨੇ ਉਹ ਉਹਨਾਂ ਦੀ ਧਰਤੀ ਹੈਗੀ ਆ ਜਦ ਮੈਂ ਕਰਤਾਰਪੁਰ ਸਾਹਿਬ ਗਈ ਸਾਰੇ ਜਾ ਚੁੱਕੇ ਸੀ ਇੰਨੀ ਸੋਹਣੀ ਜਗ੍ਹਾ ਸੀ ਮੈਂ ਦੱਸ ਨਹੀਂ ਸਕਦੀ ਮੈਂ ਉੱਥੇ ਬੈਠੀ ਹੋਈ ਸੀ ਰਾਤ ਨੂੰ ਮੈਂ ਅੱਖਾਂ ਬੰਦ ਕੀਤੀ ਮੈਂ ਕਿਹਾ ਹੁਣ ਮੇਰੀ ਅਰਦਾਸ ਕੀ ਆਗੇ ਮੈਂ ਨਾਲ ਦੂਰ ਆਈ ਆ ਹੁਣ ਮੈਂ ਕੀ ਸੋਚਾਂ ਮੈਂ ਅੱਖਾਂ ਬੰਦ ਕੀਤੀ ਤਾਂ ਮੈਨੂੰ ਇਹ ਪਿਕਚਰ ਆਈ ਕਿ ਗੁਰੂ ਨਾਨਕ ਦੇਵ ਜੀ ਆਪਣੇ ਚੱਲ ਰਹੇ ਨੇ ਅੱਗੇ ਆਪਣੇ ਹਲ ਨਾਲ ਔਰ smiling very big or smile That was what I came in my erdaas. That when I turned, when I closed my eyes, I saw Guru Nanak Devji pulling his hull with his ball and looking back at me and smiling. It was as if the feeling of we're on the right track. From um, uh, on behalf of a Punjabi Cultural uh, Association of uh, California you are very welcome here we are very uh, thankful to you for coming and uh, also uh, thankful thank you garnu da bahut uh, kush a toda uh, jede sade bhara pakistan punjabi bhara ya in general je da kuch uh, mai punjab gaya ta nahi par taang bahut a punjab jaan di taang bahut a uh, maharaja ranjit singh de kila dekhn di taang bahut a jithe bhagat singh honi rahe ਉਹ ਜਗ੍ਹਾ ਦੇਖਣ ਦੀ ਤਾਂਗ ਬਹੁਤ ਆ ਗੁਰੂ ਨਾਨਕ ਦੇਵ ਜੀ ਸਾਡੇ ਗੁਰੂਆਂ ਦੀਆਂ ਜਿੱਥੇ ਵੀ ਜੋ ਜੋ ਜਿੱਥੇ-ਜਿੱਥੇ ਵੀ ਹੋ ਗਏ ਉਹ ਸਾਰੀਆਂ ਜਗ੍ਹਾ ਦੇਖਣ ਦੀ ਤੇ ਦੂਸਰੇ ਨੰਬਰ ਤੇ ਗੱਲਾਂ ਬਹੁਤ YouTube ਤੇ ਬਹੁਤ ਦੇਖਿਆ ਸਭ ਕੁਝ ਤੇ ਜੋ ਸਾਡੇ ਰਿਸ਼ਤੇਦਾਰ ਯਾਰ ਦੋਸਤ ਉੱਥੇ ਗਏ ਆ ਜਿੱਦਾਂ ਦੀ ਤੁਸੀਂ ਮਹਿਮਾਨ ਨਿਵਾਜ਼ੀ ਉਹਨਾਂ ਨੂੰ ਦਿੱਤੀ ਆ ਓਨੈਸਟਲੀ ਦਿਲ ਪਰ ਆਉਂਦਾ ਜਦੋਂ ਮਨ ਅੱਖਾਂ 'ਚ ਹੰਝੂ ਆ ਜਾਂਦੇ ਆ ਇੱਕ ਵਾਰੀ ਜਿਸ ਜਿਸ ਤਰ੍ਹਾਂ ਉਹ ਦੱਸਦੇ ਆ ਸਾਡੇ ਸਿਸਟਰ ਸਾਡੇ ਬਰਦਰ ਲਾ ਭੈਣ ਭਰਾ ਬਹੁਤ ਹੋਰ ਯਾਰ ਦੋਸਤ ਜਾ ਕੇ ਆਇਆ ਜਿਸ ਤਰ੍ਹਾਂ ਨਾਲ ਤੁਸੀਂ ਉਹਨਾਂ ਨੂੰ ਵੈਲਕਮ ਕਰਦੇ ਹੋ ਉੱਥੇ ਤੇ ਆਪਦੇ ਹੱਥਾਂ ਤੇ ਜੱਕਦੇ ਹੋ ਇੱਕ ਉਸ ਗੱਲ ਦੀ ਮੈਂ ਮਾਫੀ ਵੀ ਮੰਗਦਾ ਕਿ ਸ਼ਾਇਦ ਅਸੀਂ ਜਦੋਂ ਤੁਸੀਂ ਇੱਧਰ ਆਉਨੇ ਹੋ ਅਸੀਂ ਉਸ ਤਰ੍ਹਾਂ ਨਹੀਂ ਕਰ ਕਰ ਸਕਦੇ ਜਾਂ ਕਰਦੇ ਜਾਂ ਕਰਨਾ ਸਾਨੂੰ ਚਾਹੀਦਾ ਉਸੇ ਤਰ੍ਹਾਂ ਤੇ ਜਿਸ ਤਰ੍ਹਾਂ ਐਗਜ਼ੈਂਪਲੀ ਤਰੀਕੇ ਨਾਲ ਤੁਸੀਂ ਸਾਡਾ ਉੱਥੇ ਵੈਲਕਮ ਕਰਦੇ ਹੋ ਥੋੜਾ ਬਹੁਤ ਬਹੁਤ ਧੰਨਵਾਦ the first time i met the governor um, pravin napa thank you so much it was a pleasure meeting you the other day in the dinner um, my wife was so impressed by you i told you that she wants to go to pakistan and do, do like all that humanitarian stuff uh, special thanks to our consul general he's so connected he does so much work um, you know we were just talking there's nobody like him and nobody has been there in la like that so special appreciation for him uh, this could not have been happening all this. Doc, dr. asif, uh, he's the man. Uh, you know, if anybody needs any help, you know, please reach out to him. Um, he's always available for the community and all the american families. Uh, Farooq Saab, thank you very much for coordinating. he's the international political coordinator for the governor. Uh, colonel Mosin, thank you. Uh, all the other team members, governor Saab, again, sir, thank you so much. i really wanted you to come. There were a lot of people I could have invited. But the reason I wanted you to come, because I know the way you understand the empathy, the compassion, the love for all these people, uh, nobody else does. So I wanted to start this journey with you and with your team. So thank you very much. I appreciate that for you to sit in this and handling this. So, sir, thank you very much. And thank you, everyone. I really appreciate that. Simran, Bikram Paji, everyone. Thank you.